ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਹਾਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੁਹਾਡੇ ਨਾਲ ਤੇ ਪ੍ਰੋਗਰਾਮ ਹੈ ਜੀ ਇਹ ਪ੍ਰਾਈਮ ਫੋਕਸ ਅੱਜ ਵੀ ਮੇਰਾ ਖਿਆਲ ਵਿੱਚ 24 ਘੰਟੇ ਜੋ ਕੁਛ ਘਟਦਾ ਵਾ ਵਰਦਾ ਉਹਦੇ ਨਾਲੋਂ ਜ਼ਿਆਦਾ ਤੇਜ਼ੀ ਨਾਲ ਘਟਣ-ਵਪਰਨ ਲੱਗ ਪਿਆ ਪਹਿਲਾਂ ਤਾਂ ਇਹ ਹੁੰਦਾ ਸੀ ਵੀ ਕੋਈ ਇੱਕ ਪਾਸੇ ਐਕਸ਼ਨ ਹੋਣਾ ਫਿਰ ਉਹਦੇ ਰਿਐਕਸ਼ਨ ਨੂੰ ਦੋ ਦਿਨ ਲੱਗਦੇ ਸੀ ਫਿਰ ਉਹ ਐਕਸ਼ਨ ਤੋਂ ਬਾਅਦ ਸਵੇਰ ਤੋਂ ਬਾਅਦ ਸ਼ਾਮ ਨੂੰ ਰਿਐਕਸ਼ਨ ਹੋਣ ਲੱਗ ਪਿਆ ਹੁਣ ਤੇ ਚੰਦ ਘੰਟਿਆਂ 'ਚ ਹੋਣ ਲੱਗ ਪਏ ਰਿਐਕਸ਼ਨ ਇਹ ਰਿਐਕਸ਼ਨ ਕਿੱਥੋਂ-ਕਿੱਥੋਂ ਕਿਹੜੇ-ਕਿਹੜੇ ਹੋਏ ਆ ਉਹਨਾਂ ਦਾ ਜ਼ਿਕਰ ਆਪਾਂ ਕਰਾਂ ਪਰ ਵੀ ਬਾਰ ਬਾਰ ਹੁੰਦਾ ਹਾਲ ਚਾਲ ਪੁੱਛਦੇ ਵੀ ਨਾ ਕੀ ਹਾਲ ਵਾਟਸਾਪ ਛੜਦੀ ਕਲਾ ਸੰਧਾਲੀਆ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਨੇ ਹਾਲ ਵਧੀਆ ਵਾਰਾ ਸੀਤਾ ਕਿਦਾਂ ਸੀਤਾ ਕਮਾਲ ਵਧੀਆ ਬਸ ਠੀਕ ਹੈ ਤੇ ਬੱਲੇ ਬੱਲੇ ਮੈਂ ਇਹ ਗੱਡੀ ਗੱਲ ਛੜੀ ਸੀ ਐਕਸ਼ਨ ਦਾ ਰਿਐਕਸ਼ਨ ਇਹ ਜਿਸ ਹਾਲ ਨਾ 21 ਦਿਨ ਦੇ ਵਿੱਚ ਹੋਇਆ ਕਿ ਇੱਕ ਪਾਸਿਓਂ ਰਾਜਾ ਵੜਿੰਗ ਸਾਹਿਬ ਨੇ ਕੁਝ ਕਹਿਣਾ ਫਿਰ ਅਚਾਨਕ ਜਹੇਦਰ ਸਾਹਿਬ ਵੱਲੋਂ ਤਾੜਨਾ ਉਦੋਂ ਉਸੇ ਵੇਲੇ ਫਟਾਫਟ ਮਾਫੀ ਇਹ ਅਕਾਲੀ ਦਲ ਵਾਲੇ ਪਾਸੋਂ ਕਹਿਣਾ ਵੀ ਹਾਂਜੀ ਸੰਤਾ ਜੀ ਫਿਰ ਮਨਾ ਹੀ ਹੈ ਨਾ ਇਸ ਕਰਕੇ ਇਲੈਕਸ਼ਨ ਨਹੀਂ ਲੜਨੀ ਜੈਦੜ ਸਾਹਿਬ ਨੂੰ ਫੇਰ ਕਲੀਅਰ ਕਰ ਦੇਣਾ ਵੀ ਨਹੀਂ ਨਹੀਂ ਵੀ ਮਨਾ ਹੀ ਤੁਹਾਨੂੰ ਕੋਈ ਨਹੀਂ ਸਿਰਫ ਸੁਵੀਰ ਸਿੰਘ ਵਾਲ ਸਾਬ ਦੀ ਗੱਲ ਆ ਉਹ ਜੈ ਸਾਹਿਬ ਨਾਲ ਜਦਾਂ ਉਚੜੀ ਚਿਕੀ ਵਾਲੇ ਨੇ ਵੀ ਆਏ ਜਮਾ ਚਿੜੀ ਥੱਲੇ ਨਹੀਂ ਡਿੱਗਣਦੀ ਦੀ ਇਦਾਂ ਨਹੀਂ ਆਏ ਲੱਗਦੇ ਬਿਆਨ ਸੰਧਾਲੀਆ ਸਭ ਇਦਾਂ ਹੀ ਆਏ ਮੈਨੂੰ ਲੱਗਦਾ ਕਿ ਹਰ ਇੱਕ ਬੰਦਾ ਨਾ ਆਪਣੇ ਆਪ ਨੂੰ ਕਚਹਿਰੀ ਦੇ ਵਿੱਚ ਬਰੀ ਕਰਾਉਣਾ ਚਾਹੁੰਦਾ ਆ ਲੋਕ ਕਚਹਿਰੀ 'ਚ ਹਰ ਇੱਕ ਨੂੰ ਲੱਗਦਾ ਕਿ ਭਾਈ ਮੇਰੇ ਤੇ ਕੋ ਉਂਗਲ ਨਾ ਉਠੇ ਇਹ ਰਣਨੀਤੀ ਹੈਗੀ ਵੀ ਠੀਕ ਹੈ ਜਿਹੜਾ ਬੰਦਾ ਇਹਦੇ ਵਿੱਚ ਸੱਚਾ ਹੋਊਗਾ ਜਿਹੜਾ ਬੰਦਾ ਸਹੀ ਹੋਊਗਾ ਉਹ ਨਿਕਰ ਕੇ ਸਾਹਮਣੇ ਆਜੂਗਾ ਤਾਂ ਜਿਹੜਾ ਸਹੀ ਨਹੀਂ ਹੋਊਗਾ ਉਹ ਲਿਬੜ ਜਾਊਗਾ ਹਾਂ ਮੈਂ ਵੈਸੇ ਇਸ ਗੱਲੋਂ ਹੈਰਾਨ ਆ ਕਿ ਆ ਜਦੋਂ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਹੋਣੀਆਂ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਹੋਣਾ ਅੱਜ ਤੱਕ ਸਿਆਸੀ ਇਤਿਹਾਸ ਦੇ ਵਿੱਚ ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਬਣਿਆ ਜਾਂ ਜਦੋਂ ਦਾ ਭਾਰਤ ਆਜ਼ਾਦ ਹੋਇਆ 1947 ਤੋਂ ਬਾਅਦ 52 ਚੋਣਾਂ ਪਈਆਂ ਪਹਿਲੀ ਵਾਰੀ ਅਕਾਲੀ ਦਲ ਨੇ ਕਦੇ ਸਧਾਰਨ ਸਥਿਤੀਆਂ ਦੇ ਵਿੱਚ ਵੋਟਾਂ ਨਹੀਂ ਛੱਡੀਆਂ ਸਧਾਰਨ ਸਥਿਤੀਆਂ 'ਚ 1992 ਇੱਕ ਅਪਵਾਦ ਸਥਿਤੀ ਸੀ ਉਦੋਂ ਵੀ ਅਕਾਲੀ ਦਲ ਨਹੀਂ ਸੀ ਬਾਈਕਾਟ ਚਾਹੁੰਦਾ ਹੋਰ ਧਿਰਾਂ ਨੇ ਆਖਿਆ ਸੀ ਕਿ ਆਪਾਂ ਬਾਈਕਾਟ ਕਰਨਾ ਉਹਦੇ ਕਰਕੇ ਅਕਾਲੀ ਧਿਰਾਂ ਨੇ ਬਾਈਕਾਟ ਕੀਤਾ ਸੀ ਜੇ ਆਪਾਂ 91 ਨੂੰ ਛੱਡਦੀਏ ਤਾਂ ਅਕਾਲੀ ਦਲ ਅਕਾਲੀ ਦਲ ਤੇ ਜੁਝਾਰੂ ਪਾਰਟੀ ਆ ਅਕਾਲੀ ਦਲ ਤਾਂ ਆਪਾਂ ਦੇਖਿਆ ਕਿ ਚਾਹੇ ਕਿਸਾਨਾਂ ਦੀ ਗੱਲ ਹੋਵੇ ਮਜ਼ਦੂਰਾਂ ਦੀ ਗੱਲ ਹੋਵੇ ਚਾਹੇ ਐਮਰਜੈਂਸੀ ਲੱਗੀ ਹੋਵੇ ਅਕਾਲੀ ਦਲ ਤਾਂ ਕਦੇ ਪਿਛਾਂ ਹਟਿਆ ਹੀ ਨਹੀਂ ਇਹ ਪਹਿਲੀ ਵਾਰ ਹੋਇਆ ਕਿ ਸਥਿਤੀਆਂ ਸਧਾਰਨ ਨੇ ਕੋਈ ਐਸੀ ਗੱਲ ਨਹੀਂ ਇਹਦੇ باوجود ਵੀ ਅਕਾਲੀ ਦਲ ਫੈਸਲਾ ਕਰ ਰਿਹਾ ਤੇ ਇੱਕ ਪਰਛਾਵੇਂ ਦੇ ਵਿੱਚ ਕਰ ਰਿਹਾ ਹੁਣ ਤਰਕ ਕੀ ਦਿੱਤਾ ਡਾਕਟਰ ਦਿਲਜੀਤ ਸਿੰਘ ਚੀਮਾ ਸਾਹਿਬ ਬੋਲ ਰਿਹਾ ਸੀ ਅਕਾਲੀ ਦਲ ਵੱਲੋਂ ਉਹ ਨਿੱਜੀ ਨਹੀਂ ਸੀ ਬੋਲ ਰਿਹਾ ਅੰਤਰੀਕ ਕਮੇਟੀ ਦੀ ਬੈਠਕ ਹੁੰਦੀ ਆ ਜ਼ਿਲ੍ਹਾ ਜਥੇਦਾਰ ਸੱਦੇ ਜਾਂਦੇ ਆ ਨਾਲ ਹਲਕਿਆਂ ਦੇ ਇੰਚਾਰਜ ਸੱਦੇ ਜਾਂਦੇ ਆ ਡੇਢ ਪੌਣਾ 2 ਘੰਟੇ ਮੀਟਿੰਗ ਤੋਂ ਬਾਅਦ ਹੀ ਕਿਹਾ ਜਾਂਦਾ ਕਿ ਦੇਖੋ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਉੱਤੇ ਪਾਬੰਦੀ ਆ ਪਾਰਟੀ ਪ੍ਰਧਾਨ ਤੇ ਤੇ ਪਾਰਟੀ ਜਰਨਲ ਜਦੋਂ ਕਹਿੰਦੇ ਜਰਨਲ ਤੇ ਪਾਬੰਦੀ ਆ ਤਾਂ ਫੇ ਪਾਰਟੀ ਤੇ ਵੀ ਮੰਨ ਕੇ ਚੱਲੋ ਨਾਲ ਦੀ ਨਾਲ ਜਦੋਂ ਇਹ ਵੀ ਗੱਲ ਆਖ ਦਿੱਤੀ ਗਈ ਕਿ ਦੇਖੋ ਜੀ ਗੱਲ ਇਦਾਂ ਕਿ ਪ੍ਰਧਾਨ ਸਾਹਿਬ ਨੇ ਪਾਰਟੀ ਵੱਲੋਂ ਹੀ ਉੱਥੇ ਜਾ ਕੇ ਖਿਮਾ ਜਾਚਨਾ ਕੀਤੀ ਸੀ ਉਹਦੇ ਤੋਂ ਬਾਅਦ ਹੀ ਤਨਖਾਹੀਆਂ ਕਰਾਰ ਦਿੱਤੇ ਇਸ ਕਰਕੇ ਅਸੀਂ ਪਾਰਟੀ ਦੇ ਜਰਨਲ ਦੇ ਨਾਲ ਹੈ ਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਇਨਬਿਨ ਪਾਲਣਾ ਚਾਹੁੰਦੇ ਹਾਂ ਉਹਦੇ ਤੋਂ ਲੋਕਾਂ ਨੂੰ ਇਹ ਸੰਕੇਤ ਗਿਆ ਸੀ ਕਿ ਕੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਦਾਂ ਦਾ ਕੋਈ ਹੁਕਮ ਆਇਆ ਮੈਂ ਕਹਿੰਨਾ ਕਿ ਗਿਆਨੀ ਰਗਵੀਰ ਸਿੰਘ ਜੀ ਜਿਹੜੇ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਬਹੁਤ ਚੰਗਾ ਕੀਤਾ ਬਿਲਕੁਲ ਸਪਸ਼ਟ ਕੀਤਾ ਉਹਨਾਂ ਦੀ ਸਾਰੀ ਵੀਡੀਓ ਸਿਰਫ ਇਹ ਗੱਲ ਸਪਸ਼ਟ ਕਰਨ ਤੇ ਹੀ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਪਾਬੰਦੀ ਹੋ ਸਕਦੀ ਹੈ ਹੂੰ ਸ਼੍ਰੋਮਣੀ ਅਕਾਲੀ ਦਲ ਤੇ ਚੋਣ ਲੜਨ ਤੇ ਪਾਬੰਦੀ ਕੋਈ ਨਹੀਂ ਇਸ ਕਰਕੇ ਜੀ ਉਹਨਾਂ ਨੇ ਚੋਣਾਂ ਲੜਨੀਆਂ ਤਾਂ ਲੜਨ ਮੈਂ ਸੰਧਾਲੀਆ ਸਾਹਿਬ ਇੱਕ ਗੱਲ ਨੂੰ ਹੈਰਾਨ ਆ ਅਕਾਲੀ ਦਲ ਘਬਰਾ ਕਿਹੜੀ ਗੱਲ ਨੂੰ ਰਿਆ ਹਮ ਹਮ ਸ਼੍ਰੋਮਣੀ ਅਕਾਲੀ ਦਲ ਪਾਰਟੀ ਚੋਣਾ ਨਹੀਂ ਲੜ ਰਹੀ ਸ਼੍ਰੋਮਣੀ ਅਕਾਲੀ ਦਲ ਦੇ ਸਿੰਬਲ ਚੋਣ ਨਿਸ਼ਾਨ ਤੱਕੜੀ ਤੇ ਕੋਈ ਚੋਣ ਨਹੀਂ ਲੜ ਰਿਆ ਪਰ ਅਕਾਲੀ ਦਲ ਦੇ ਬੰਦੇ ਚੋਣ ਲੜ ਰਿਆ ਹਮ ਹਮ ਹੁਣ ਤੁਸੀਂ ਦੇਖੋ ਸੋਨ ਸਿੰਘ ਠੰਡਲ ਅਕਾਲੀ ਨੇ ਅਕਾਲੀ ਦਲ ਦੇ ਸੀ 2 ਦਿਨ ਪਹਿਲਾਂ ਤੱਕ 2 ਦਿਨ ਪਹਿਲਾਂ ਤੱਕ ਉਹ ਤਾਂ ਚੋਣ ਲੜ ਰਿਹਾ ਉਹ ਭਾਜਪਾ ਵੱਲੋਂ ਚੋਣ ਲੜ ਰਿਹਾ ਇਸੇ ਤਰੀਕੇ ਰਵੀਕਰਨ ਸਿੰਘ ਕਾਲੂ ਉਹ ਅਕਾਲੀ ਹੀ ਸੀ ਉਹ ਤਾਂ ਚੋਣ ਲੜ ਰਿਹਾ ਇਸੇ ਤਰੀਕੇ ਕੋਦਰ ਕੀਤੂ ਪਰਿਵਾਰ ਉਹਨਾਂ ਨੇ ਐਲਾਨ ਕੀਤਾ ਸੀ ਚੋਣ ਲੜਨੀ ਹੈ ਬਰਨਾਲੇ ਤੋਂ ਉਹ ਅਕਾਲੀ ਨੇ ਉਹ ਚੋਣ ਲੜ ਰਿਹਾ ਇਧਰਲੇ ਪਾਸੇ ਹਰਦੀਪ ਸਿੰਘ ਡਿੰਪੀ ਢਲੋਂ ਗਿੱਦੜਵਾਏ ਤੋਂ ਉਹ ਅਕਾਲੀ ਸੀ ਉਹ ਚੋਣ ਲੜ ਰਿਹਾ ਜਣੀ ਅਕਾਲੀ ਦਲ ਦੀ ਲੀਡਰ ਚੋਣ ਲੜ ਰਹੇ ਆ ਅਕਾਲੀ ਦਲ ਚੋਣ ਨਹੀਂ ਲੜ ਰਿਆ ਇਹਦੇ ਤੋਂ ਆਪਣੇ ਆਪ ਹਿਸਾਬ ਕਿਤਾਬ ਲਾ ਲਓ ਕਿ ਅਕਾਲੀ ਦਲ ਨੂੰ ਪਿਛਲੇ 15 20 ਸਾਲਾਂ ਦੇ ਵਿੱਚ ਕਿੱਥੇ ਲਿਜਾ ਕੇ ਸੁੱਟ ਦਿੱਤਾ ਗਿਆ ਇਹ ਕੋਈ ਗੱਲ ਆ ਜੇ ਇਸ ਵਕਤ ਮਨ ਲੱਗਦਾ ਵੀ ਹੋ ਸਕਦਾ ਅਕਾਲੀ ਦਲ ਦੇ ਵਿਰੋਧੀਆਂ ਨੂੰ ਵੀ ਲੱਗਦਾ ਹੋਵੇ ਕਿ ਵੀ ਆਹ ਤੇ ਕਮ ਸੂਤ ਆ ਗਿਆ ਪਰ ਮੈਨੂੰ ਲੱਗਦਾ ਵੀ ਆਮ ਲੋਕ ਜਿਹੜੇ ਨੇ ਨਾ ਆਪਾਂਗੇ ਵੀ ਜ਼ਿਕਰ ਕਰਦੇ ਹੁੰਨੇ ਆ ਵੀ ਆਪਣੇ ਅਜੇ ਵੀ ਪਰਿਵਾਰਾਂ ਚੋਂ ਮਾਈਆਂ ਉਹ ਬਜ਼ੁਰਗ ਉਹ ਬਾਪੂ ਮਿਲ ਜਾਂਦੇ ਜਿਹੜੇ ਕਹਿੰਦੇ ਵੀ ਪੁੱਤ ਜਾਂ ਤੇ ਮੈਂ ਵੋਟ ਪਾਉਣੀ ਨਹੀਂ ਤੇ ਜਾਂ ਪੰਥ ਨੂੰ ਪਾਉਣੀ ਉਹਨਾਂ ਦੇ ਲਈ ਪੰਥ ਨੂੰ ਵੋਟ ਪਾਉਣ ਦਾ ਮਤਲਬ ਇਹ ਅਕਾਲੀ ਦਲ ਨੂੰ ਜਾਂ ਤਕੜੀ ਨੂੰ ਵੋਟ ਪਾਉਣੀ ਹੁਣ ਉਹਨਾਂ ਲੋਕਾਂ ਤੇ ਕੀ ਵੀਚ ਦੀ ਹੋਊਗੀ ਜਦੋਂ ਆਸੇ-ਪਾਸੇ ਕੋਈ ਇਦਾਂ ਦੀਆਂ ਗੱਲਾਂ ਕਰਨ ਵਾਲੇ ਹੋਣਗੇ ਵੀ ਹਾਂ ਵੀ ਉਹਨਾਂ ਤਾਂ ਇਲੈਕਸ਼ਨ ਨਹੀਂ ਲੜਨੀ। ਹੁਣ ਦੇਖੋ ਇੱਕ ਚੀਜ਼ ਐ ਕਿ ਇਲੈਕਸ਼ਨ ਨਾ ਲੜਨ ਦਾ ਫੈਸਲਾ ਚਲੋ ਐਜ਼ ਅ ਪਾਰਟੀ ਉਹਨਾਂ ਨੇ ਇਕੱਠੇ ਉਕੇ ਲੈ ਲਿਆ। ਏਕਸਕਿਊਜ਼ ਵੀ ਉਹਨਾਂ ਨੇ ਦਿੱਤਾ ਵੀ ਜੇ ਸਾਡੇ ਜਰਨਲ ਨਹੀਂ ਇਲੈਕਸ਼ਨ ਨਹੀਂ ਲੜਨੀ ਉਹਨਾਂ ਨੇ ਪ੍ਰਚਾਰ ਨਹੀਂ ਕਰਨਾ ਉਹ ਸਰਗਰਮ ਨਹੀਂ ਇਹਦੇ ਫਿਰ ਅਸੀਂ ਵੀ ਕਾਦੀ ਇਲੈਕਸ਼ਨ ਲੜਨੀ ਆ ਉਥੇ। ਵੀ ਇਹ ਵੀ ਛੱਡ ਦਿੰਨੇ ਜਿੰਮਨੀ ਚੋਣਾਂ ਇਹਨੇ ਕਿੱਡੀ ਗੱਲ ਆ। ਇਹ ਵੀ ਤੁਸੀਂ ਠੀਕ ਕਿਹਾ ਵੀ ਉਹਨਾਂ ਦੇ ਵਿੱਚ ਬੰਦੇ ਸੀਗੇ ਉਹਨਾਂ ਕੋਲੇ ਲੀਡਰ ਸੀਗੇ ਉਨਾਂ ਨੇ opportunity लवली ਜਾਂ ਬਾਕੀ ਪੋਲੀਟੀਕਲ ਪਾਰਟੀ ਵਾਲਿਆਂ ਨੇ opportunity ਦਿੱਤੀ ਵੀ ਯਾਰ ਵੀਰ ਆ ਇਧਰ ਸਾਡੇ ਕੋਲੇ ਸਾਨੂੰ ਬੰਦਾ ਚਾਹੀਦਾ ਤੈਨੂੰ ਇਲੈਕਸ਼ਨ ਲੜਨ ਨੂੰ ਜੀ ਕਰਦਾ ਉਹ ਫੇ ਲੜਾ ਦਈਏ ਹੁਣ ਸਵਾਲ ਇੱਥੇ ਮੈਨੂੰ ਲੱਗਦਾ ਵੀ ਬਹੁਤਾ ਇਹ ਨਹੀਂ ਰਹਿ ਗਿਆ ਕਿ ਅਕਾਲੀ ਦਲ ਜਿਹੜਾ ਜੀ ਉਹ ਚੋਣ ਨਹੀਂ ਲੜ ਰਿਹਾ ਤੇ ਹੁਣ ਕੀ ਹੋ ਮੈਨੂੰ ਲੱਗਦਾ ਵੀ ਇੱਥੇ ਸਵਾਲ ਜ਼ਿਆਦਾ ਇਹ ਬਣ ਗਿਆ ਕਿ ਜਿੰਨੀ ਛੇਤੀ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਜਿਹਹਦਰ ਅਕਾਲ ਤਖਸਾ ਵੱਲੋਂ ਉਹ ਚੀਜ਼ਾਂ ਸਪਸ਼ਟ ਕੀਤੀਆਂ ਜਾ ਰਹੀਆਂ ਕਿ ਜੇ ਕੋਈ ਆ ਚੀਜ਼ ਇਦਾਂ ਨਹੀਂ ਇਦਾਂ ਆ ਚੀਜ਼ ਇਦਾਂ ਨਹੀਂ ਇਦਾਂ ਆ ਉਹ ਆਪਾਂ ਪਿਛਲੇ ਉਸ ਦਿਨ ਤੋਂ ਸ਼ੁਰੂ ਕਰ ਲੈਨੇ ਜਿਸ ਦਿਨ ਤੋਂ ਮੇਰਾ ਖਿਆਲ ਉਹ ਪਹਿਲਾ ਵਫਦ ਜਾ ਕੇ ਤੇ ਬੇਨਤੀ ਕਰਕੇ ਆਇਆ ਸੀ ਕਿ ਸੁਬੀਰ ਸਿੰਘ ਬਾਲਸਾਹੂ ਜੀ ਤੁਸੀਂ ਥੋੜੀ ਜੀ ਛੋਟ ਦੇ ਦਿਓ ਇਲੈਕਸ਼ਨਾਂ ਦੇ ਲਈ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਕਲੀਅਰ ਕਰਤਾ ਸੀ ਵੀ ਇਹੋ ਜੀ ਛੋਟ ਕੋ ਹੁੰਦੀ ਨਹੀਂ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਉਹਦੇ ਤੋਂ ਲੈ ਕੇ ਹੁਣ ਤੱਕ ਜਿਸ ਹਿਸਾਬ ਨਾਲ ਜਹੇਦਰ ਸਾਹਿਬ ਨੇ ਹਰ ਗੱਲ ਨੂੰ ਸਪਸ਼ਟ ਕੀਤਾ ਉਹਦੇ ਤੋਂ ਇੱਕ ਡਿਫਰੈਂਟ ਤਰ੍ਹਾਂ ਦੀ ਚਰਚਾ ਇਹ ਚੱਲਦੀ ਹੈ ਕਿ ਕੀ ਜਿਹੜੀ ਚੀਜ਼ ਪਹਿਲਾਂ ਲੋਕ ਐਕਸਪੈਕਟ ਕਰਦੇ ਸੀ ਵੀ ਯਾਰ ਉੱਥੋਂ ਇੱਕ ਦਿਸ਼ਾ ਨਿਰਦੇਸ਼ ਆਵੇ ਤੇ ਸਪਸ਼ਟ ਆਵੇ ਕਿ ਉਹ ਹੁਣ ਆਉਣ ਲੱਗ ਪਿਆ ਜਿਹੜੇ ਕਿ ਪਹਿਲਾਂ ਨਹੀਂ ਸਿਉਂਦੇ ਹੁੰਦੇ ਕਿਉਂਕਿ ਕਈ ਵਾਰ ਕਈ ਮਸਲਿਆਂ ਦੇ ਵਿੱਚ ਲੋਕਾਂ ਨੇ ਕਹਿਣਾ ਵੀ ਯਾਰ ਇਸ ਮਸਲੇ ਦੇ ਵਿੱਚ ਹੋਰ ਕੁਝ ਨਹੀਂ ਤੇ ਆਪਾਂ ਨੂੰ ਜਿਹੇਦਾਰ ਸਾਹਿਬ ਤੋਂ ਜਾਂ ਪੰਥ ਦੀ ਅਗਵਾਈ ਕਰਨ ਵਾਲੀਆਂ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਵਾਲੇ ਪਾਸਿਓਂ ਕੋ ਹੁਕਮ ਕੋ ਇਸ਼ਾਰਾ ਮਿਲ ਜੇ ਤੇ ਜ਼ਿਆਦਾ ਵਧੀਆ ਹੋ ਜਾਊਗਾ ਸ਼ਾਇਦ ਮੇਰੇ ਖਿਆਲ ਨਾਲ ਇਸੇ ਸਾਰੇ ਕੁਛ ਰੋਲ ਕੁਝੋਲੇ ਦੇ ਵਿੱਚੋਂ ਹੀ ਉਦੋਂ ਇੱਕ ਜਦੋਂ ਸੰਗਤ ਦਾ ਹਜੂਮ ਆਪਾਂ ਕਹਿ ਲਓ ਚੱਬੇ ਪਹੁੰਚਿਆ ਸੀਗਾ ਤਬਾਤ ਖਾਲਸਾ ਸੱਦਿਆ ਸੀ ਹਾਲਾਂਕਿ ਜਿਹੜੀਆਂ ਤਰ੍ਹਾਂ ਨੇ ਸੱਦਿਆ ਜਿਹੜੇ ਲੋਕ ਉੱਥੇ ਸੀਗੇ ਉਹ ਬਾਅਦ ਚ ਕਿੱਧਰ ਗਏ ਕੀ ਹੋਇਆ ਪਉਦ ਚ ਨਹੀਂ ਪੈਂਦੇ ਪਰ ਜਿਹੜੇ ਲੋਕ ਉੱਥੇ ਪਹੁੰਚੇ ਸੀ ਲੱਖਾਂ ਦੀ ਗਿਣਤੀ ਚ ਉਹਤੇ ਕਿਸੇ ਦੀ ਇਨਵੀਟੇਸ਼ਨ ਤੇ ਨਹੀਂ ਸਨ ਆਏ ਇਹਦਾ ਮਤਲਬ ਉਹ ਸੋਚ ਜਾਂ ਉਹ ਕਿਤੇ ਨਾ ਕਿਤੇ ਲੋਕ ਮਨਾਂ ਦੇ ਵਿੱਚ ਸਵਾਲ ਸੀ ਯਾਰ ਸਾਨੂੰ ਕੌਣ ਲੋਕ ਚਾਹੀਦੇ ਨੇ ਜਾਂ ਕਿਸ ਤਰ੍ਹਾਂ ਦੀ ਗੁਆਈ ਚਾਹੀਦੀ ਹੈ ਮੈਨੂੰ ਨਹੀਂ ਪਤਾ ਕਿ ਉਹ ਚੀਜ਼ ਹੁਣ 100% ਹੋਊਗੀ ਨਹੀਂ ਹੋਊਗੀ ਆਉਣ ਵਾਲੇ ਦਿਨਾਂ ਚ ਹੋਊਗੀ ਕਿ ਨਹੀਂ ਹੋਊਗੀ ਪਰ ਮੈਨੂੰ ਥੋੜਾ ਥੋੜਾ ਇਹ ਲੱਗਣ ਲੱਗ ਪਿਆ ਵੀ ਸ਼ਾਇਦ ਹੌਲੀ ਹੌਲੀ ਜਿਵੇਂ ਲੋਕਮਨਾਂ ਦੇ ਵਿੱਚ ਉਹ ਚੀਜ਼ ਸੀਗੀ ਉਹ ਚੀਜ਼ ਹੁਣ ਮਿਲਣ ਲੱਗ ਪਈ ਵੀ ਜਿਹੜੀ ਵੀ ਗੱਲ ਹੈ ਉਹ ਬਿਲਕੁਲ ਕਲੀਅਰ ਹੈ ਹੁਣ ਜਦਾਂ ਆਮ ਤੌਰ ਤੇ ਮੇਰਾ ਖਿਆਲ ਚਲੋ ਪੰਥਕ ਤੇ ਨਾਲੇ ਪਾਸੇ ਜਿਹੜਾ ਕੋਈ ਬੰਦਾ ਕਹਿੰਦਾ ਸੀ ਉਧਰੋਂ ਤਾਂ ਜਹਦਰ ਸਾਹਿਬ ਸਪਸ਼ਟ ਕਰਦੇ ਸੀ ਮੈਂ ਬਹੁਤ ਘੱਟ ਸੁਣਿਆ ਵੇਖਿਆ ਸੀ ਵੀ ਕੋਈ ਹੋਰ ਪਾਰਟੀ ਦਾ ਕੁਲੀ ਡਰੇ ਵੀ ਸੀਡੀ ਕਰੇ ਤੇ ਉਹਦੇ ਤੇ ਰਿਐਕਸ਼ਨ ਆਵੇ ਹੁਣ ਰਾਜਾ ਵੜਿੰਗ ਸਾਹਿਬ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਕਿਸੇ ਟੀਵੀ ਸਟੇਸ਼ਨ ਵਾਲਿਆਂ ਨਾਲ ਗੱਲ ਕਰਦੇ ਉਹਨਾਂ ਜੀ ਦੋ ਲਾਈਨਾਂ ਬੋਲਤੀਆਂ ਤੇ ਉਸ ਇਹ ਇਹ ਜਿਹੜੀ ਐਕਟਿਵ ਅਪਰੋਚ ਆ ਇਹਦੀ ਲੋੜ ਸੀਗੀ ਦੇਖੋ ਸੰਧਾਲੀਆ ਸਾਹਿਬ ਆਪਾਂ ਚੱਲਦੇ ਆ ਉਧਰਲੇ ਪਾਸੇ ਕਿਉਂਕਿ ਅਮਰਿੰਦਰ ਸਿੰਘ ਰਾਜਾਵੜਿੰਗ ਕਾਂਗਰਸ ਦੇ ਪ੍ਰਧਾਨ ਨੇ ਜੇ ਤੁਸੀਂ ਉਹਨਾਂ ਦੀ ਉਹ ਬਿਆਨ ਸੁਣਿਆ ਹੋਵੇ ਦੇਖਿਆ ਹੋਵੇ ਤਾਂ ਉਹਦੇ ਵਿੱਚ ਉਹਨਾਂ ਨੇ ਕਲੀਅਰ ਕਿਹਾ ਸੀ ਕਿ ਕਿ ਇਹ ਸਾਰੇ ਕੁਝ ਸਕ੍ਰਿਪਟਡ ਆ ਉਹਨਾਂ ਨੇ ਸਕ੍ਰਿਪਟਡ ਸ਼ਬਦ ਦੋ ਤੋਂ ਤਿੰਨ ਵਾਰ ਵਰਤੇ ਆ ਉਹਨਾਂ ਨੇ ਵੀ ਕਿਹਾ ਕਿ ਰਾਤੀ ਟੈਲੀਫੋਨ ਕਰ ਦਿੱਤਾ ਉਹਨਾਂ ਜਥੇਦਾਰ ਸਾਹਿਬ ਨੂੰ ਤੇ ਉਹਨਾਂ ਨੇ ਫਿਰ ਇਦਾਂ ਕਰ ਦਿੱਤਾ ਅਕਾਲੀ ਦਲ ਤਾਂ ਬਹਾਨੇ ਭਾਲਦਾ ਸੀ ਚੋਣ ਦੇ ਵਿੱਚੋਂ ਬਾਹਰ ਜਾਣ ਦਾ ਕਿ ਸਭ ਕੁਝ ਸਕ੍ਰਿਪਟਡ ਆ ਫਿਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮਨਪ੍ਰੀਤ ਤੇ ਸੁਖਵੀਰ ਦੀ ਇੱਕ ਗੱਲ ਹੈ ਮੈਂ ਤਾਂ ਕਹਿੰਦੇ ਬਹੁਤ ਚਿਰਾਂ ਦਾ ਕਹਿਣਾ ਕਿਈ ਸਾਲਾਂ ਦਾ ਕਹਿਣਾ ਮੈਂ ਤਾਂ ਕਹਿੰਦੇ ਇਹ ਵੀ ਪਤਾ ਹੈ ਕਿ ਸਾਡੀ ਪਾਰਟੀ ਦੇ ਵਿੱਚ ਵੀ ਉਹਨੂੰ ਪ੍ਰਕਾਸ਼ ਸਿੰਘ ਬਾਦਲ ਨੇ ਭੇਜਿਆ ਸੀ ਭਾਜਪਾ ਦੇ ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਹੀ ਕੋਸ਼ਿਸ਼ ਕੀਤੀ ਸੀ ਕਿ ਭਾਈ ਉਧਰਲੇ ਪਾਸੇ ਚਲੋ ਉਹ ਆਪਣਾ ਕਹਿੰਦੇ ਸੂਤ ਵੇਖਦੇ ਆ ਤੇ ਜਦੋਂ ਉਸੇ ਵੇਲੇ ਰਿਐਕਸ਼ਨ ਆਇਆ ਜਥੇਦਾਰ ਸਾਹਿਬ ਵੱਲੋਂ ਕਿ ਭਾਈ ਅਮਰਿੰਦਰ ਸਿੰਘ ਰਾਜਾ ਵੜਿੰਗ ਇਹ ਗਲਤ ਕਰ ਰਿਹਾ ਤੇ ਮਾਫੀ ਮੰਗੇ ਤੁਰੰਤ ਨਹੀਂ ਤਾਂ ਉੱਤੇ ਸਖਤ ਕਾਰਵਾਈ ਅਸੀਂ ਕਰਾਂਗੇ ਹੂੰ ਤੇ ਰਾਜਾ ਵੜਿੰਗ ਨੇ ਅੱਧਾ ਘੰਟਾ ਨਹੀਂ ਲਾਇਆ ਚੰਗਾ ਕੀਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਹੋ ਰਿਓ ਕਹਿੰਦੇ ਜੀ ਮੈਂ ਤਾਂ ਝੁੱਕ ਕੇ ਮਾਫੀ ਮੰਗਦਾ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਹਲ ਤੱਕ ਕੋਈ ਗੱਲ ਕਰਨ ਦੀ ਸੋਚ ਵੀ ਨਹੀਂ ਸਕਦਾ ਮੈਂ ਤਾਂ ਸਿਆਸੀ ਗੱਠ ਜੁੜ ਦੀ ਗੱਲ ਕੀਤੀ ਹੈ ਹਾਲਾਂਕਿ ਟੀਵੀ ਚੈਨਲ ਦੇ ਸਾਹਮਣੇ ਕਈ ਕੁਸ਼ ਆਖ ਗਿਆ ਸੀ ਚਲੋ ਮੈਂ ਕਹਿੰਦਾ ਠੀਕ ਹੈ ਆਖਿਆ ਗਿਆ ਪਰ ਮਿੰਟ ਲਾਓ ਜੇ ਤੁਹਾਡੇ ਕੋਲ ਕੋਈ ਗੱਲ ਆਖੀ ਗਈ ਹੈ ਕਿਉਂਕਿ ਪਹਿਲਾਂ ਗੱਲਾਂ ਹੋਰ ਹੁੰਦੀਆਂ ਸੀ ਪਹਿਲਾਂ ਪਤਾ ਨਹੀਂ ਕੀ ਗੱਲ ਹੁੰਦੀ ਸੀ ਕਿ ਰਿਐਕਸ਼ਨ ਵੀ ਨਹੀਂ ਸੀ ਆਉਂਦੇ ਜਿਹੜੇ ਰਿਐਕਸ਼ਨ ਹੁਣ ਆਉਣ ਲੱਗੇ ਆ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਆਉਣ ਲੱਗੇ ਆ ਤੁਸੀਂ ਇਹ ਦੇਖੋ ਕਿ ਵਰਸਾ ਸਿੰਘ ਬਲਟੋਹਾ ਹੋਰ ਵਾਲੇ ਮਸਲੇ ਦੇ ਹਾਲਾਂਕਿ ਉਹਨਾਂ ਨੇ ਇੱਥੇ ਵੀ ਲਿਖਤਾ ਉਹ ਕਹਿੰਦੇ ਕੱਢੋ 10 ਸਾਲਾਂ ਲਈ ਹੁਣ ਰਾਜਾ ਬਣਨ ਨੂੰ ਵੀ ਕੱਢੋ 10 ਸਾਲਾਂ ਲਈ ਉਹਨੂੰ ਕਿੱਥੋਂ ਕੱਢਣਾ ਕਹਿੰਦੇ ਉਹ ਤਾਂ ਕਾਂਗਰਸ 'ਚ ਹੈ ਅਕਾਲੀਆਂ ਦਾ ਕਹਿੰਦਾ ਤੁਸੀਂ ਝਟ ਕੱਢ ਦੇਣਾ ਸੀ ਉਹਨਾਂ ਨੇ ਫਿਰ ਲਿਖ ਦਿੱਤੀ ਇਹ ਪੋਸਟ ਜਣੀ ਕਹਿਣ ਦਾ ਭਾਵ ਇਹ ਹੈ ਕਿ ਜਿੱਦਾਂ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਸਕਿੰਟਾਂ ਚ ਤਨਖਾਹਿਆ ਕਰਾਰ ਦਿੱਤਾ ਜਿੱਦਾਂ ਵਰਸਾ ਸਿੰਘ ਬਲਟੋਹਾ ਦੇ ਮਸ ਜੇ ਇਸ ਤਰੀਕੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਲਈ ਬੇਨਤੀ ਪੱਤਰ ਲੈ ਕੇ ਅਕਾਲੀ ਦਲ ਦੇ ਵਫਤ ਨੂੰ ਉਹਨਾਂ ਨੇ ਵਾਪਸ ਕੀਤਾ ਜੇ ਇਸ ਤਰੀਕੇ ਆਭਿਧਾਨ ਸਭਾ ਦੀਆਂ ਚੋਣਾਂ ਲੜਨ ਬਾਬਤ ਉਹਨਾਂ ਨੇ ਗੱਲ ਕੀਤੀ ਇਹ ਬਹੁਤ ਕੁਝ ਦੱਸਦੀ ਕਿ ਤਬਦੀਲੀ ਦਾ ਦੌਰ جاری ਹੈ ਦੇਖੋ ਗੱਲ ਠੀਕ ਹੈ WhatsApp ਤੁਹਾਡੀ ਵੀ ਜਿਹੜਾ ਐਕਸ਼ਨ ਰਿਐਕਸ਼ਨ ਹੋਣ ਲੱਗਾ ਨਾ ਇਹ ਚੰਗੀ ਗੱਲ ਹੈ ਤੁਸੀਂ ਦੇਖੋ ਵੀ ਮੇਰਾ ਖਿਆਲ ਜਦੋਂ ਰਾਜਾ ਵੜਿੰਗ ਸਾਹਿਬ ਨੇ ਮਾਫੀ ਮੰਗੀ ਉਦੋਂ ਵੀ ਉਹਨਾਂ ਨੇ ਲਗਭਗ ਉਹ ਕਲੀਅਰ ਕੀਤਾ ਉਹ ਕਹਿੰਦੇ ਵੀ ਮੈਂ ਤਾਂ ਸਵਾਲ ਇਹ ਜਾਨਣਾ ਚਾਹੁੰਦਾ ਸੀ ਕਿ ਵੀ ਜਿਹੜੀ ਚੀਜ਼ ਅਕਾਲੀ ਦਲ ਕਹਿ ਰਿਹਾ ਕਿ ਵੀ ਸਾਨੂੰ ਦਾ ਜਿਹੇਦਰ ਸਾਹਿਬ ਨੇ ਮਨਾਂ ਕਰਤਾਹੀਂ ਦਾ ਤਾਂ ਨਹੀਂ ਇਲੈਕਸ਼ਨ ਲੜਨੀ। ਵੀ ਉਹ ਵੀ ਕਲੀਅਰ ਕਰ ਦਿਓ। ਮੈਨੇ ਚੰਗਾ ਕੀਤਾ ਜਿਹੇਦਰ ਸਾਹਿਬ ਨੇ ਫੇਰ ਕਲੀਅਰ ਕਰਤਾ ਕਿ ਇਹੋ ਜੀ ਗੱਲ ਕੋਈ ਨਹੀਂ ਆਕਾਲੀ ਦਲ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੈਗੀ ਉਹ ਇਲੈਕਸ਼ਨ ਲੜ ਸਕਦੇ ਅਸਰ ਸਿਰਫ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਉੱਪਰ ਰੋਕਿਆ ਕਿਉਂਕਿ ਉਹ ਤਨਖਾਹਿਆ ਇਕਰਾਰ ਨੇ ਇਸ ਕਰਕੇ ਇਲੈਕਸ਼ਨ ਲੜ ਨਹੀਂ ਸਕਦੇ। ਹੁਣ ਤੁਸੀਂ ਦੇਖੋ ਵੀ ਜੇ ਇਸੇ ਚੀਜ਼ ਨੂੰ 2 3 4 ਦਿਨ ਲੱਗ ਜਾਂਦੇ ਜਿਦਾਂ ਕਿ ਆਮ ਆਪਾਂ ਪਹਿਲਾਂ ਗੱਲ ਕਰਦੇ ਸੀ। ਉਦੇ ਵਿੱਚ ਹੀ ਕਈ ਕੁਝ ਬਦਲ ਜਾਂਦਾ ਹੁੰਦਾ ਕਈ ਤਰ੍ਹਾਂ ਦੇ ਲੋਕਮਨਾਂ ਦੇ ਵਿੱਚ ਉਹ ਗੱਲਾਂ ਆ ਜਾਂਦੀਆਂ ਹੁੰਦੀਆਂ ਅੱਛਾ ਫੇ ਇਦਾਂ ਹੋਇਆ ਹੋਣਾ ਅੱਛਾ ਫੇ ਉਦਾਂ ਹੋਇਆ ਹੋਣਾ ਮੈਨੂੰ ਲੱਗਦਾ ਵੀ ਇਹ ਜਿਹੜੀ ਚੀਜ਼ ਹੁਣ ਇਮੀਡੀਟਲੀ ਹੋਣ ਲੱਗ ਪਈ ਇਹਦਾ ਕਾਰਨ ਕੀ ਹੈ ਕੀ ਨਹੀਂ ਕਾਰਨ ਆਪਾਂ ਉਹਦੇ 'ਚ ਨਹੀਂ ਪੈਂਦੇ ਕਿਉਂਕਿ ਆਪਾਂ ਨੂੰ ਪਤਾ ਨਹੀਂ ਕੱਲ ਨੂੰ ਜਦੋਂ ਕਾਰਨ ਸਾਹਮਣੇ ਆਜੂ ਆਪਾਂ ਉਹ ਵੀ ਜ਼ਿਕਰ ਕਰ ਲਾਂਗੇ ਵੀ ਕਿਉਂ ਇਹ ਸਾਰਾ ਕੁਝ ਹੋਣ ਲੱਗਾ ਪਰ ਆਪਾਂ ਚਲੋ ਇਦਾਂ ਮੰਨਦੇ ਆਂ ਵੀ ਜੇ ਹੋਣ ਲੱਗਿਆ ਤੇ ਉਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਸਥਿਤੀਆਂ ਸੀਗੀਆਂ ਉਹ ਕਿਤੇ ਨਾ ਕਿਤੇ ਹੁਣ ਚੇਂਜ ਹੋਣਗੀਆਂ ਹੁਣ ਜਿਹਦਾ ਰਾਜਾ ਬੜ ਵੀ ਮੈਂ ਕਿਉਂ ਸ਼ੰਕਾ ਜ਼ਾਹਰ ਕਰਦਾ ਸੀ ਕਿ ਸ਼ੰਕਾ ਮੈਨੂੰ ਇਸ ਕਰਕੇ ਸੀ ਕਿ ਹੁਣ ਕਿਉਂਕਿ ਉਹਨਾਂ ਦੇ ਪਰਿਵਾਰ ਚ ਟਿਕਟ ਆ ਰਾਜਾ ਵੜਿੰਗ ਹੋਰਾਂ ਦੇ ਧਰਮ ਪਤਨੀ ਇਲੈਕਸ਼ਨ ਲੜ ਰਹੇ ਗਦਰਵਾਹੇ ਤੋਂ ਉੱਥੋਂ ਆਪਾਂ ਕਹਿੰਦੇ ਸੀ ਵੀ ਉਹ ਜੇ ਹਲਕਾ ਹੈ ਤੇ ਜਾਂ ਉਹ ਬਾਦਲਾਂ ਕੋਲੇ ਸੀਗਾ ਤੇ ਜਾਂ ਫਿਰ ਹੁਣ ਉਹ ਕਹਿ ਲੋਗੇ ਵੀ ਦੁਬਾਰਾ ਉਹਨਾਂ ਨੂੰ ਲੱਗਦਾ ਰਾਜਾ ਵੜਿੰਗ ਸਾਹਿਬ ਨੂੰ ਵੀ ਮੈਂ ਆਪਣੀ ਸੀਟ ਇੱਥੋਂ ਰਿਵਾਈਵ ਕਰਨੀ ਹੈ ਹੁਣ ਬਾਦਲ ਪਰਿਵਾਰ ਦੇ ਵਿੱਚੋਂ ਇਹ ਜੰਗਰ ਚੱਲਦਾ ਸੀ ਕਿ ਕਿਹੜੇ ਬਾਦਲ ਸਾਹਿਬ ਹੋਣਗੇ ਕਿਹੜੇ ਬਾਦਲ ਸਾਹਿਬ ਤੋਂ ਜਦੋਂ ਅਕਾਲੀ ਦਲ ਨੇ ਕਹਿਤਾ ਵੀ ਇਲੈਕਸ਼ਨ ਲੜਨੀ ਨਹੀਂ ਇਹਦਾ ਮਤਲਬ ਫਿਰ ਕੋਈ ਬਾਦਲ ਸਾਹਿਬ ਹੋਗੇ ਮਨਪ੍ਰੀਤ ਬਾਦਲ ਸਾਹਿਬ ਮਨਪ੍ਰੀਤ ਬਾਦਲ ਸਾਹਿਬ ਨਾਲ ਕਿੰਨਾ ਕੁ ਪ੍ਰੇਮ ਪਿਆਰ ਆ ਰਾਜਵਿੰਦ ਸਿੰਘ ਸਾਹਿਬ ਦਾ ਸਾਰਿਆਂ ਨੂੰ ਪਤਾ ਉੱਥੋਂ ਕਿਤੇ ਨਾ ਕਿਤੇ ਇਸ ਚੀਜ਼ ਦੀ ਤਾਰ ਜੋੜਦੇ ਸੀ ਕਿਉਂਕਿ ਦੇਖੋ ਪੋਲੀਟੀਕਲ ਬੰਦੇ ਆ ਉਹ ਪੋਲੀਟੀਕਲ ਜਮ੍ਹਾਂ ਘਟਾਉ ਤਾਂ ਕਰਦੇ ਹੀ ਆ ਨਾ ਵੀ ਇਹ ਹੁਣ ਪਰਿਵਾਰ ਚੋਂ ਮਨਪ੍ਰੀਤ ਬਾਦਲ ਯਾਨੀ ਕਿ ਬਾਦਲਾਂ ਚੋਂ ਇਕੱਲੇ ਬਾਦਲ ਮਨਪ੍ਰੀਤ ਬਾਦਲ ਇਲੈਕਸ਼ਨ ਲੜ ਰਿਹਾ ਹੈ ਤੇ ਇਹਦਾ ਮਤਲਬ ਫਿਰ ਕਿਤੇ ਨਾ ਕਿਤੇ ਉਹ ਅੰਦਰ ਖਾਤੇ ਵੋਟਾਂ ਉਸ ਪਾਸੇ ਜਾ ਸਕਦੀਆਂ ਇਸੇ ਚੀਜ਼ ਦਾ ਮੇਰਾ ਖਿਆਲ ਤੌਖਲਾ ਉਹਨਾਂ ਦੇ ਮਨਾਂ ਵਿੱਚ ਸੀਗਾ ਤਾਂ ਹੋ ਸਕਦਾ ਉਹਦੇ ਚੋਂ ਗੱਲ ਨਿਕਲੀ ਹੋਵੇ ਉਹਨਾਂ ਨੇ ਕਿਹਾ ਹੋਵੇ ਵੀ ਇਹਨੂੰ ਸਾਫ਼ ਕਰ ਦਿਓ ਮੈਨੂੰ ਲੱਗਦਾ ਵੀ ਮਾਫੀ ਵੀ ਉਹਨਾਂ ਮੰਗ ਲਈ ਜਹਦਰ ਸਾਹਿਬ ਨੇ ਕਲੀਅਰ ਵੀ ਕਰਤਾ ਹੁਣ ਥੋੜੀ ਜਿਹੀ ਪਿਕਚਰ ਸਾਫ਼ ਹੋ ਗਈ ਨੇ ਨਾ ਮੈਨੂੰ ਲੱਗਦਾ ਕਿ ਉਹ ਮੁੱਦਾ ਖਤਮ ਹੋ ਗਿਆ ਸੰਧਾਲੀਆ ਸਾਹਿਬ ਹੁਣ ਕਿਉਂਕਿ ਜਹਦਰ ਸਾਹਿਬ ਨੇ ਕਿਹਾ ਸੀ ਮਾਫੀ ਮੰਗੋ ਛੇਤੀ ਤੇ ਮਾਫੀ ਛੇਤੀ ਤੋਂ ਪਹਿਲਾਂ ਮੰਗ ਲਈ ਗਈ ਤੇ ਅੱਗੋਂ ਤੋਂ ਕੋਈ ਗਲਤੀ ਕਰੇ ਨਾ ਅਸੀਂ ਇਸ ਗੱਲ ਦੀ ਆਸ ਕਰਦੇ ਹਾਂ ਹੁਣ ਸੰਧਾਲੀਆ ਸਾਹਿਬ ਜੇ ਆਪਾਂ ਸ਼ਰੋਮਣੀ ਅਕਾਲੀ ਦਲ ਦਾ ਜ਼ਿਕਰ ਇੱਧਰਲੇ ਪਾਸੇ ਕਰ ਦੇਖੋ ਖਬਰ ਇਹੀ ਹੈ ਕਿ ਅਕਾਲੀ ਦਲ ਚੋਣਾ ਨਹੀਂ ਲੜ ਰਿਆ ਤੇ ਅਕਾਲੀ ਦਲ ਦੇ ਉੱਤੇ ਰੋਕ ਕੋਈ ਨਹੀਂ ਅਕਾਲੀ ਦਲ ਨੇ ਤਾਂ ਜਲੰਧਰ ਵਾਲੀ ਚੋਣ ਵੀ ਨਹੀਂ ਸੀ ਲੜੀ ਪਰ ਉਦੋਂ ਸਿਤੀਆਂ ਹੋਰ ਸੀ ਉਦੋਂ ਇੰਨੀ ਛੇਤੀ ਘਟਨਾਮਾ ਘਟ ਰਹੀਆਂ ਸੀ ਕਿ ਅਕਾਲੀ ਦਲ ਨੂੰ ਵੀ ਸਮਝ ਨਹੀਂ ਸੀ ਆ ਰਹੀ ਪਰ ਆ ਨਾ ਚੀਜ਼ਾਂ ਦੀ ਸਮਝ ਸੀ ਇਹ ਪਹਿਲਾਂ ਤੋਂ ਘਟ ਚੁੱਕੀਆਂ ਘਟਨਾਮਾ ਦੇ ਆਧਾਰ ਦੇ ਉੱਤੇ ਫੈਸਲਾ ਲਿਆ ਗਿਆ ਹੁਣ ਫਰਕ ਕੀ ਪੈਣਾ ਮੈਨੂੰ ਯਾਦ ਹੈ ਕਿ ਜਦੋਂ ਐਮਰਜੈਂਸੀ ਦੇ ਬਾਰੇ ਆਪਾਂ ਮਾੜੀ ਮੋਟੀ ਸਟੱਡੀ ਕਰੀ ਅਧਿਨ ਕਰੀ ਆਪਾਂ ਦੁਨੀਆ ਤੇ ਤੋਂ ਦੋ ਹੈ ਨਹੀਂ ਸੀ ਉਦੋਂ ਜਥੇ ਜਾਂਦੇ ਸੀ ਉਦੋਂ ਅਕਾਲੀ ਦਲ ਦੀ ਲੀਡਰਸ਼ਿਪ ਅੰਦਰ ਸੀ ਜੇਲ੍ਹ 'ਚ ਸੀ ਹੂੰ ਉਦੋਂ ਆ ਨੀ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਉਦੋਂ ਵੀਡੀਓ ਕਾਲ ਨਹੀਂ ਸੀ ਹੁੰਦੀ ਉਦੋਂ ਵਟਸਐਪ ਨਹੀਂ ਸੀ ਹੁੰਦਾ ਤੇ ਜੇਲ੍ਹ ਦੇ ਵਿੱਚੋਂ ਟੈਲੀਫੋਨ ਕੌਣ ਕਰ ਦਿੰਦਾ ਹੁਣ ਤੇ ਨਾ ਸਾਰਿਆਂ ਦੇ ਘਰਾਂ 'ਚ ਟੈਲੀਫੋਨ ਹੁੰਦੇ ਸੀ ਉਦੋਂ ਤਾਂ ਜਾਣਕਾਰੀ ਜਾਂਦੀ ਹੀ ਨਹੀਂ ਸੀ ਕਿਤੇ ਹੂੰ ਅਖਬਾਰਾਂ ਤਾਂ ਛਪਦੀਆਂ ਨਹੀਂ ਸੀ ਜੇ ਛਪਦੀਆਂ ਸੀ ਤਾਂ ਕਾਲੀਆਂ ਛਪਦੀਆਂ ਸੀ ਹਰ ਇੱਕ ਚੀਜ਼ ਦੇ ਉੱਤੇ ਸਰਕਾਰ ਦਾ ਸੈਂਸਰ ਸੀ ਉਦੋਂ ਵੀ ਤਾਂ ਬਿਨਾ ਚਰਨੇਲਾ ਤੋਂ ਅਕਾਲੀ ਦਲ ਦੇ ਵਰਕਰ ਲੜਦੇ ਸੀ ਹੂੰ ਸਭ ਤੋਂ ਵੱਧ ਕੌਣ ਲੜਿਆ ਉਹ ਦੋ ਪੰਜਾਬ ਲੜਿਆ ਪੰਜਾਬ ਦੇ ਵਿੱਚੋਂ ਕੌਣ ਲੜਿਆ ਅਕਾਲੀ ਦਲ ਲੜਿਆ ਐਮਰਜੈਂਸੀ ਦੇ ਖਿਲਾਫ ਲੋਕਤੰਤਰ ਦੇ ਕਤਲ ਦੇ ਖਿਲਾਫ ਤਾਂ ਜੀ ਉਦੋਂ ਅਕਾਲੀ ਦਲ ਦੇ ਇੱਕ ਤੋਂ ਵੱਧ ਜਰਨੈਲ ਅੰਦਰ ਸੀ ਜੇ ਉਦੋਂ ਫਿਰ ਲੜਿਆ ਜਾ ਸਕਦਾ ਅੱਜ ਕਿਉਂ ਨਹੀਂ ਲੜਿਆ ਜਾ ਸਕਦਾ ਵੈਸੇ ਅਕਾਲੀ ਦਲ ਦੇ ਆਪਣਾ ਫੈਸਲਾ ਅਸੀਂ ਉੱਤੇ ਕਿੰਤੂ ਪ੍ਰੰਤੂ ਨਹੀਂ ਕਰਦੇ ਕਿ ਕਿਉਂ ਨਹੀਂ ਚੋਣਾਂ ਲੜਨੀਆਂ ਵੀ ਆਰੀ ਕਈ ਇਹ ਪਾਰਟੀਆਂ ਕਾਂਗਰਸ ਪਾਰਟੀ ਯੂਪੀ ਚ ਨਹੀਂ ਲੜ ਰਹੀ ਸਮਾਜਵਾਦੀ ਪਾਰਟੀ ਨਾਲ ਗੋਟੀਆਂ ਫਿੱਟ ਨਹੀਂ ਬੈਠੀਆਂ ਪਰ ਹੁਣ ਹੋਣਾ ਕੀ ਹੈ ਤੁਸੀਂ ਯਾਦ ਕਰੋ ਸੰਧਾਲੀਆ ਸਾਹਿਬ ਅਕਾਲੀ ਦਲ ਪੰਜਾਬ ਦੇ ਵਿੱਚ ਵੱਡੀ ਪਾਰਟੀ ਸੀ ਅਕਾਲੀ ਦਲ ਦਾ ਇੱਕ ਐਮਪੀ ਹਰਿਆਣੇ 'ਚ ਸੀ ਅਕਾਲੀ ਦਲ ਦੇ ਐਮਐਲਏ ਹਰਿਆਣੇ 'ਚ ਸੀ ਅਕਾਲੀ ਦਲ ਦਿੱਲੀ ਦੀਆਂ 70 ਦੇ ਵਿੱਚੋਂ 4 ਵਿਧਾਨ ਸਭਾ ਸੀਟਾਂ ਦੇ ਉੱਤੇ ਭਾਜਪਾ ਦੇ ਨਾਲ ਗੱਠਜੋੜ ਕਰਕੇ ਚੋਣ ਲੜਦਾ ਸੀ ਅਕਾਲੀ ਦਲ ਚੰਡੀਗੜ੍ਹ ਦੇ ਵਿੱਚ ਆਪ ਦਾ ਮੇਰ ਤੱਕ ਬਣਾਉਂਦਾ ਸੀ ਇਹ ਸਮਾਂ ਸੀ ਤੇ ਬਹੁਤ ਪ੍ਰਾਣੀਆਂ ਗੱਲਾਂ ਨਹੀਂ ਲੋਕ ਜਿਉਂਦੇ ਨੇ ਉਹ ਜਿਹੜੇ ਕੁਰਸੀਆਂ ਦੇ ਉੱਤੇ ਬੈਠੇ ਸੀ ਤੇ ਸਾਡੇ ਹੋਸ਼ੋ ਹਵਾਸ ਦੇ ਸਮੇਂ ਦੀ ਗੱਲ ਹੈ ਅਕਾਲੀ ਦਲ ਟੈਂਦਾ 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 ਦਿੱਲੀੋਂ ਵੀ ਗਿਆ ਅਕਾਲੀ ਦਲ ਹਰਿਆਣਿਆਂ ਵੀ ਗਿਆ ਆ ਲੰਘੇ ਸਮਿਆਂ ਚ ਚੰਡੀਗੜ੍ਹੋਂ ਵੀ ਗਿਆ ਤੇ ਅਕਾਲੀ ਦਲ 13 ਦੇ ਵਿੱਚੋਂ ਲੋਕ ਸਭਾ ਦੀ ਇੱਕ ਸੀਟ ਤੇ ਆ ਗਿਆ ਤੇ ਅਕਾਲੀ ਦਲ ਜ਼ਿਮਨੀ ਚੋਣਾ ਲੜਨ ਨੂੰ ਹੀ ਚਲਾ ਗਿਆ ਜਾਨੀ ਕਦੇ ਅਸੀਂ ਸੁਣਦੇ ਹੁੰਦੇ ਸੀ ਬਾਦਲ ਟੌੜਾ ਤਲਵੰਡੀ ਬਾਦਲ ਟੌੜਾ ਬਰਨਾਲਾ ਜਾਂ ਬਾਦਲ ਤਲਵੰਡੀ ਬਰਨਾਲਾ ਅੱਜ ਕੀ ਹੈ ਅੱਜ ਤਿੰਨ ਜਾਂ ਚਾਰ ਅਕਾਲੀ ਦਲ ਚ ਨਾਮ ਕਿਉਂ ਨਹੀਂ ਹੈਗੇ ਹਮਮ ਜੇ ਉਹ 3 ਜਾਂ 4 ਨਾਮ ਅੱਜ ਵੀ ਹੁੰਦੇ ਤਾਂ ਫਿਰ ਸ਼ਾਇਦਾ ਜਰਨੈਲ ਵਾਲਾ ਨੁਕਤਾ ਵਿਚਾਰਨ ਦੀ ਲੋੜ ਨਹੀਂ ਸੀ ਪੈਣੀ ਕਿ ਜੇ ਜਰਨੈਲ ਹੀ ਨਾ ਸਾਡਾ ਹੋਇਆ ਤਾਂ ਇਲੈਕਸ਼ਨ ਕਿਵੇਂ ਲੜਾਂਗੇ ਅਕਾਲੀ ਦਲ ਦਾ ਤਾਂ ਸੰਧਾਲੀਆਂ ਸਭ ਹਰ ਵਰਕਰ ਜਰਨੈਲ ਹੁੰਦਾ ਸੀ ਹਰ ਘਰ ਦੇ ਵਿੱਚ ਇੱਕ ਕਿੱਲੀ ਹੁੰਦੀ ਸੀ ਕਾਂਦੇ 'ਚ ਗੱਡੀਓ ਉਸ ਕਿੱਲੀ ਦੇ ਇੱਕ ਝੋਲਾ ਹੁੰਦਾ ਸੀ ਝੋਲੇ ਦੇ ਵਿੱਚ ਦਸਤਾਰ ਹੁੰਦੀ ਸੀ ਕੁੜਤਾ ਹੁੰਦਾ ਸੀ ਕਸ਼ਹਿਰਾ ਹੁੰਦਾ ਸੀ ਪੱਕਾ ਹੀ ਕਿ ਪਈ ਜਦੋਂ ਮੋਰਚੇ ਦਾ ਸੱਦਾ ਆ ਗਿਆ ਤੇ ਉਹ ਅਕਾਲੀ ਦਲ ਦੇ ਜਰਨੈਲ ਝੋਲਾ ਚੱਕ ਕੇ ਤੁਰ ਪੈਦੇ ਹੁੰਦੇ ਸੀ ਹਰ ਇੱਕ ਪਿੰਡ ਦੇ ਵਿੱਚੋਂ ਤੇ ਇਹ ਨਹੀਂ ਸੀ ਹੁੰਦਾ ਕਿ ਉਹ ਮੋਰੇ ਲੀਡਰ ਦੇ ਨਾਲ ਫੋਟੋ ਨਹੀਂ ਸੀ ਖਿਚਾਉਂਦੇ ਅਕਾਲੀ ਦਲ ਦੇ ਉਹ ਜਰਨਲ ਅਕਾਲੀ ਦਲ ਦੇ ਵਰਕਰ ਜਿਹੜੇ ਆ ਉਹ ਮੰਡੀਆਂ 'ਚ ਜਾ ਕੇ ਕੰਮ ਕਰਨ ਵਾਲੇ ਸੀ ਮੈਨੂੰ ਇੱਕ ਹੋਰ ਨਹੀਂ ਸਮਝ ਆਈ ਸੰਧਾਲੀਆ ਸਭ ਠੀਕ ਹੈ ਅਕਾਲੀ ਦਲ ਦੇ ਵਿੱਚ ਬਹੁਤ ਸਿਆਣੇ ਲੋਕ ਨੇ ਅੱਜ ਵੀ ਮਾੜੇ ਨਹੀਂ ਐਸੀ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਮੈਂ ਕਹਿਣਾ ਕਿ ਜੇ ਇਲੈਕਸ਼ਨ ਨਹੀਂ ਸੀ ਲੜਨੀ ਇੱਕ ਕਿੰਨਾ ਵੱਡਾ ਤਰਕ ਸੀ ਤੁਹਾਡੇ ਅਰਗੇ ਸਲਾਹ ਕਰਦੀ ਉਹਨਾਂ ਨੂੰ ਲੋੜ ਹੈ ਹੁਣ ਤਰਕ ਕੀ ਸੀ ਕਿ ਜੀ ਪੰਜਾਬ ਦੇ ਕਿਸਾਨਾਂ ਦਾ ਝੋਨਾ ਨਹੀਂ ਵਿਕ ਰਿਹਾ ਪੰਜਾਬ ਦਾ ਕਿਸਾਨ ਮੰਡੀ ਦੇ ਵਿੱਚ ਰੋਣ ਰਿਹਾ ਤੇ ਅਸੀਂ ਸਵੇਰ ਤੋਂ ਮੰਡੀਆਂ 'ਚ ਚੱਲੇ ਆ ਲਾ ਲੈਂਦੇ ਹਰ ਇੱਕ ਮੰਡੀ 'ਚ ਇੱਕ ਟੈਂਟ ਰੱਖ ਲੈਂਦੇ 10x10 ਦੀਆਂ ਦੋ ਉੱਥੇ ਦਰੀਆਂ ਰੱਖ ਲੈਂਦੇ ਉੱਥੇ ਇੱਕ 1/4 ਕੂਲਰ ਤੇ ਪਾਣੀ ਦੇ ਗਲਾਸ ਬਹਿ ਜਾਂਦੇ ਉੱਥੇ 15 ਨਹੀਂ ਦਾ 20 ਦਿਨ ਚੋਂ ਣਾ ਵੇਖਣਾ ਹੋਰ ਸਾਰਾ ਤੇ ਕਹਿੰਦੇ ਕਿ ਅਸੀਂ ਨਹੀਂ ਚੋਣਾ ਲੜਨੀ ਅਸੀਂ ਐਮਐਲਏ ਬਣ ਕੇ ਵਿਧਾਨ ਸਭਾ 'ਚ ਨਹੀਂ ਬਹਿਣਾ ਅਸੀਂ ਨਹੀਂ ਸਰਕਾਰੀ ਘਰ ਲੈਣੇ ਜੋ ਸਾਡਾ ਕਿਸਾਨ ਰੁਲਿਆ ਫਿਰਦਾ ਯਾਨੀ ਜਿਨ੍ਹਾਂ ਦੇ ਸਿਰ ਦੇ ਉੱਤੇ ਥੋੜੀ ਪਾਰਟੀ ਸੀ ਤੋਂ ਨੂੰ ਉਹਨਾਂ ਦਾ ਤਰਕ ਵੀ ਨਹੀਂ ਕੱਢ ਨਾ ਆਇਆ ਜਾਂ ਤਾਂ ਕੋ ਪਿਛਲੇ ਵਰਿਆਂ ਦੇ ਵਿੱਚ ਇੰਨੀ ਸਮੱਸਿਆ ਸੰਧਾਲੀਆ ਸਭ ਕਦੇ ਨਹੀਂ ਸੀ ਜਿੰਨੀ ਕਿਸਾਨੀ ਦੀ ਸਮੱਸਿਆ ਝੋਨੇ ਦੀ ਐਤਕੀ ਆਈ ਹੈ ਚਾਹੇ ਕਿਸੇ ਦੇ ਕਰਕੇ ਆਈ ਹੈ ਬਹਿ ਜਾਂਦੇ ਜਾ ਕੇ ਇਹਦਾ ਮਤਲਬ ਹੈ ਕਿ ਸੰਘਰਸ਼ ਦਾ ਜਿਹੜਾ ਸਰੋਤ ਸੀ ਤੁਸੀਂ ਉਹ ਹੀ ਮੁਕਾ ਲਿਆ ਸੰਘਰਸ਼ ਕਰਨ ਵਾਲੇ ਬੰਦੇ ਵੀ ਚਾਹੀਦੇ ਨਾ ਜਦੋਂ ਪਹਿਲਾਂ ਜਹੇਦਾਰਾਂ ਦੀ ਗੱਲ ਕਰਦੇ ਸੀ ਕਿ ਉਹ ਆਮ ਬਜ਼ੁਰਗ ਜਿਹੜੇ ਸੀਗੇ ਜੀ ਉਹ ਜਦੋਂ ਆਪਾਂ ਉਹ ਗੱਲ ਕਰਦੇ ਆ ਕਿ ਉਹ ਆਮ ਆਮ ਘਰਾਂ ਚੋਂ ਜਾਣ ਵਾਲੇ ਬਜ਼ੁਰਗ ਸੀ ਤੁਹਾਡੇ ਦਿਮਾਗ ਦੇ ਵਿੱਚ ਚਿਹਰੇ ਆ ਜਾਣਗੇ ਹਾਂ ਤੁਹਾਡੇ ਦਿਮਾਗ ਦੇ ਵਿੱਚ ਅੱਧੀ ਚਿੱਟੀ ਅੱਧੀ ਕਾਲੀ ਜਾਂ ਪੂਰੀ ਝੁਰੜੀਆਂ ਝੁਰੜੀਆਂ ਪੂਰੀ ਚਿੱਟੀ ਦਾੜੀ ਵਾਲਾ ਕੁਚੀਆਂ ਾਡੀਆਂ ਨਹੀਂ ਸੀ ਹਾਂ ਜਿਹੜੀ ਸਿੱਧੀ ਗੱਲ ਹੈ ਥਿੱਬੀ ਜੁੱਤੀ ਹੋ ਸਕਦੀ ਆ ਕੋਈ ਪਜਾਮਾ ਹੋ ਸਕਦਾ ਵੀ ਪ੍ਰੈਸ ਆਉਟ ਨਾ ਹੋਵੇ ਤੇ ਉਹ ਕਈ ਜਰਾਂ ਬਹਿ ਬਹਿ ਕੇ ਖੋਚਾਂ ਤੋਂ ਨਹੀਂ ਤਾਂ ਵਟਾ ਨਾ ਚੜਿਆ ਹੁੰਦਾ ਤੇ ਕਈ ਜਰਾਂ ਕੁੜਤਾ ਵੀ ਬਹਿ ਬਹਿ ਕੇ ਅੱਧਾ ਅਕ ਤਾਂ ਨੂੰ ਮੋੜਿਆ ਹੁੰਦਾ 4 ਇੰਚ ਆਮ ਹੀ ਹੁੰਦਾ ਸੀ ਹਾਂ ਤੇ ਜਿਹੜਾ ਪਰਣਾ ਜਾਂ ਸਾਫਾ ਮੋਢੇ ਤੇ ਹੋਣਾ ਉਹ ਵੀ ਉਹ ਵਾਰ-ਵਾਰ ਮੋੜ-ਮੋੜ ਕੇ ਮੋੜ-ਮੋੜ ਕੇ ਗੁੱਚੀ ਕੀਤਾ ਹੋਣਾ ਵੀ ਜੇ ਉਹਨੂੰ ਉਹ ਜਿਹੜੀ ਵੱਡੀ ਭਾਰੀ ਪ੍ਰੈਸ ਤੋਂ ਵੀ ਪ੍ਰੈਸ ਕਰਾਉਣ ਤੇ ਉਹ ਵੀ ਬੰਦਾ ਹੱਥ ਜੋੜ ਜੇ ਵੀ ਵੀਰ ਇਹ ਨਹੀਂ ਹੋਣਾ ਤੇ ਜਿਹੜੇ ਆਪਾਂ ਝੋਲੇ ਦੇ ਵਿੱਚ ਉਹ ਕੱਪੜਿਆਂ ਦੀ ਗੱਲ ਕਰਦੇ ਹੁੰਨੇ ਉਸ ਝੋਲੇ ਚੋਂ ਕਿੰਨੇ ਕੁ ਪ੍ਰੈਸ ਤੇ ਐ ਤਰੀਜਾਂ ਬੰਨੇ ਵਾਲੇ ਕੁੜਤੇ ਪਿਆਮੇ ਹੋਣਗੇ ਤੁਸੀਂ ਆਪ ਅੰਦਾਜ਼ਾ ਲਾ ਲਓ ਹੁਣ ਕਿੱਥੇ ਤੇ ਉਹ ਬੰਦੇ ਤੇ ਕਿੱਥੇ ਹੋਣ ਉਹ ਅਕਾਲੀ ਦਲ ਦੇ ਵਿਰੋਧੀ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਆਪਾਂ ਉਹਦੇ ਜ ਨਹੀਂ ਪੈਂਦੇ ਹੁਣ ਜੇ ਆਪਾਂ ਨੂੰ ਇਹ ਲੱਗਦਾ ਵੀ ਯਾਰ ਪਾਰਟੀ ਕੁਝ ਹੋਰ ਸੀ ਡਿਮਾਂਡ ਉਹਦੀ ਕੁਝ ਹੋਰ ਸੀ ਹੁਣ ਇੱਥੇ ਮੈਂ ਇੱਕ ਐਗਜ਼ਾਮਪਲ ਦਿਆਂ ਵੀ ਮੰਨ ਲਓ ਪੁਲਿਸ ਦੀ ਭਰਤੀ ਨਿਕਲਦੀ ਹੈ ਫੌਜ ਦੀ ਨਿਕਲਦੀ ਹੈ ਉਹਨਾਂ ਨੇ ਬਕਾਇਦਾ ਉਹ ਨਿਯਮ ਰੱਖੇ ਹੁੰਦੇ ਵੀ ਇੰਨਾ ਕੱਦ ਚਾਹੀਦਾ ਇੰਨੀ ਛਾਤੀ ਚਾਹੀਦੀ ਆ ਇੰਨਾ ਵੀਰ ਤੇਰੀ ਰੇਸ ਚਾਹੀਦੀ ਆ ਇੰਨਾ ਜੇ ਤੂੰ ਸਾਹ ਵੀ ਰੋਕ ਸਕਦਾ ਹੋਵੇਂ ਨਿਗਾਹ ਇਹੋ ਜੀ ਚਾਹੀਦੀ ਆ ਸੁਣਾ ਸੁਣਨੀ ਸ਼ਕਤੀ ਇਹੋ ਜੀ ਚਾਹੀਦੀ ਹੈ ਨਾ ਸਾਰਾ ਕੁਝ ਹੁੰਦਾ ਉਹਦੇ ਤੋਂ ਬਾਅਦ ਵੀ ਟ੍ਰੇਨਿੰਗ ਹੁੰਦੀ ਆ ਵੀ ਸਰੀਰ ਆ ਕੁਝ ਚੱਲ ਸਕਦਾ ਹੋਵੇ ਇੰਨਾ ਇੰਨਾ ਕੁਝ ਜੇ ਕਰ ਸਕਦਾ ਫਿਰ ਜਾ ਕੇ ਤੈਨੂੰ ਰਫਲ ਫੜਾਉਣੀ ਆ ਜਿਹੜੀ ਤੂੰ ਚਲਾਉਣੀ ਹੁਣ ਜੇ ਮੰਨ ਲਓ ਵੀ ਉੱਥੇ ਵੀ ਕੁਝ ਨਿਯਮ ਨੇ ਤੇ ਆਪਾਂ ਹੀ ਕਿਉਂ ਨਾ ਸੋਚਿਆ ਵੀ ਯਾਰ ਇੱਕ ਸਦੀ ਪੁਰਾਣੀ ਪਾਰਟੀ ਉਦੇ ਵੀ ਕੁਝ ਨਿਯਮ ਹੋਣਗੇ ਉਹਦੇ ਵੀ ਕੁਝ ਕਾਇਦੇ ਹੋਣਗੇ ਉਹਦੇ ਵਿੱਚ ਆਉਣ ਵਾਲੇ ਬੰਦੇ ਜਾਂ ਉਹਨੂੰ ਚਲਾਉਣ ਵਾਲੇ ਬੰਦੇ ਜਾਂ ਕੱਲ ਨੂੰ ਜਿਹੜੇ ਵੀ ਕੋਈ ਨਵੇਂ ਚਿਹਰੇ ਆਉਣਗੇ ਉਹ ਕਿਹੋ ਜਿਹੇ ਹੋਣੇ ਚਾਹੀਦੇ ਆ ਤਾਂ ਜੋ ਉਹ ਜਿਹੜਾ ਸ਼ਾਨਾਮਤ ਇਤਿਹਾਸ ਹੈ ਜਦੋਂ ਕੱਲ ਨੂੰ ਕਿਤੇ ਆਪਾਂ ਗੱਲ ਕਰੀਏ ਵੀ ਹਾਂ ਯਾਰ ਫਲਾਨੀ ਪਾਰਟੀ ਦਾ ਸ਼ਾਨਾਮਤ ਇਤਿਹਾਸ ਆ ਕਹਿੰਦਾ ਤੇ ਜਦੋਂ ਬੰਦਾ ਕਹੇ ਵੀ ਅੱਛਾ ਯਾਰ ਇਸ ਪਾਰਟੀ ਦੇ ਬੰਦੇ ਕੌਣ ਨੇ ਤੇ ਬੰਦੇ ਜਿਹਨਾਂ ਨੂੰ ਮਿਲਾਏ ਜਾਣ ਵਿਖਾਏ ਜਾਣ ਤੇ ਅਗਲਾ ਕਹੇ ਯਾਰ ਤੁਸੀਂ ਠੀਕ ਕਹਿੰਦੇ ਹੋ ਹੁਣ ਸਾਡੇ ਕਹਿਣ ਨਾਲ ਤਾਂ ਕਿਸੇ ਨੇ ਭਰਤੀ ਕਰਨੀ ਨਹੀਂ ਨਾ ਕਹਿੰਨੇ ਚੇਂਜ ਹੀ ਕਰਨਾ हां ਇਹਨਾਂ ਜ਼ਰੂਰ ਹੋ ਜਿਹੜੀ ਗੱਲ ਤੁਸੀਂ ਕਹੀ ਸੀ ਵੀ ਕੁਝ ਨਾ ਕੁਝ ਤੇ ਐਸਾ ਹੈ ਜਿਹੜਾ ਕਿ ਨਿਊ ਲੈ ਗਿਆ ਜਾਂ ਉਹ ਸਲਾਹਕਾਰਾਂ ਵਾਲੇ ਪਾਸੋਂ ਲੈ ਗਿਆ ਜਾਂ ਨੀਤੀ ਵਾਲੇ ਪਾਸੋਂ ਰਹਿ ਗਿਆ ਜਾਂ ਰਣਨੀਤੀ ਵਾਲੇ ਪਾਸੋਂ ਲੈ ਗਿਆ ਉਹਨੂੰ ਜੇ ਨਹੀਂ ਚੇਂਜ ਕੀਤਾ ਜਾਂਦਾ ਤੇ ਫਿਰ ਮੈਨੂੰ ਆਸ ਘਟਿਆ ਵੀ ਸਾਰਾ ਕੁਝ ਰਵਾਈਵ ਹੋਵੇ। ਬਾਕੀ ਦੇਖੋ ਸੰਧਾਲੀਆ ਸਾਹਿਬ ਹੁਣ ਬਹੁਤ ਸਾਰੇ ਲੋਕਾਂ ਨੇ ਇਹਦੇ ਉੱਤੇ ਉਜਰ ਇਤਰਾਜ਼ ਕਰਨੇ ਆ। ਕਈਆਂ ਨੇ ਹੱਕ 'ਚ ਬਹਿਣਾ ਕਿ ਭਾਈ ਠੀਕ ਕੀਤਾ ਅਕਾਲੀ ਦਲ ਦਾ ਫੈਸਲਾ ਠੀਕ ਹੈ। ਕਈਆਂ ਨੇ ਕਹਿਣਾ ਗਲਤ ਹੈ। ਇਹ ਫੈਸਲਾ ਅਕਾਲੀ ਦਲ ਦਾ। ਤੇ ਅਕਾਲੀ ਦਲ ਦੇ ਫੈਸਲੇ ਦਾ ਸਤਿਕਾਰ ਹੈ ਪਰ ਅਕਾਲੀ ਦਲ ਪਾਰਟੀ ਕੁ 10 ਸਾਲ 20 ਸਾਲ ਪਹਿਲਾਂ ਤਾਂ ਬਣੀ ਨਹੀਂ ਇਹ ਤਾਂ 100 ਸਾਲ ਤੋਂ ਵੀ ਪੁਰਾਣੀ ਪਾਰਟੀ ਹੈ ਹੁਣ ਸੋਚਣ ਵਿਚਾਰਨ ਦਾ ਵੇਲਾ ਕਿ ਅਕਾਲੀ ਦਲ ਦਾ ਵਰਕਰ ਕੀ ਕਰੂਗਾ ਕਿਉਂਕਿ ਜਿਹੜੇ ਲੋਕ ਪਿੰਡਾਂ 'ਚ ਹੁੰਦੇ ਨਾ ਸੰਧਾਲੀਆ ਸਾਹਿਬ ਪਿੰਡਾਂ ਵਾਲੇ ਬੰਦੇ ਜਿਹੜੇ ਕਿਸੇ ਪਾਰਟੀ ਨਾਲ ਸੰਬੰਧਿਤ ਹੁੰਦੇ ਆ ਉਹ ਵੋਟਾਂ ਵਾਲੇ ਦਿਨ ਘਰ ਨਹੀਂ ਬੈਠ ਸਕਦੇ ਉਹਨਾਂ ਦੇ ਕੋਲੇ ਚੰਡੀਗੜ੍ਹ ਘਰ ਨਹੀਂ ਹੈਗੇ ਉਹਨਾਂ ਦੇ ਕੋਲੇ ਦਿੱਲੀ ਘਰ ਨਹੀਂ ਹੈਗੇ ਉਹਨਾਂ ਨੇ ਹੋਟਲ ਦੇ ਕਮਰੇ ਨਹੀਂ ਲੈ ਲੈਣੇ ਉਹਨਾਂ ਨੇ ਸਵੇਰ ਨੂੰ ਰਸੀਤ ਪੱਲੀ ਚੱਕ ਕੇ ਦਾਤੀ ਚੱਕ ਕੇ ਪੱਠੇ ਲੈਣ ਜਾਣਾ ਤੇ ਬਾਕੀਆਂ ਨੇ ਕੀ ਕਰਨਾ ਉਹਨਾਂ ਨੂੰ ਬਾਕੀ ਹਨ ਨੂਰੇ ਮਾਰਨੀ ਬਾਕੀ ਹਨ ਟੀਚਰਾਂ ਕਰਨੀਆਂ ਆ ਵੀ ਕਿੱਥੇ ਪਾਰਟੀ ਕਿੱਥੇ ਉਮੀਦਵਾਰ ਅਜ ਬੂਥ ਨਹੀਂ ਲਾਉਣਾ ਅਜੰਦਰ ਨਹੀਂ ਬਹਿਣਾ ਪੋਲਿੰਗ ਸੈਂਟਰ ਦੇ ਉੱਤੇ ਉਹ ਸਾਰੀਆਂ ਗੱਲਾਂ ਮਹਿਸੂਸ ਕਰਨੀਆਂ ਸਹਿਣੀਆਂ ਔਖੀਆਂ ਹੋ ਜਾਣੀਆਂ ਚਲੋ ਇਹ ਗੱਲ ਠੀਕ ਕੀਤੀ ਨਹੀਂ ਵਾਰ ਸਾਹਿਬ ਕੇ ਵੀ ਉਹਨਾਂ ਨੇ ਦੇਖਣਾ ਜਿਨ੍ਹਾਂ ਨੇ ਪਾਰਟੀ ਚਲਾਉਣੀ ਆ ਪਰ ਆਸ ਉਮੀਦ ਮੇਰੇ ਖਿਆਲ ਨਾਲ ਹੁਣ ਅਕਾਲੀ ਦਲ ਦਾ ਵਰਕਰ ਜ਼ਰੂਰ ਕਿਤੇ ਨਾ ਕਿਤੇ ਲਾਈ ਬੈਠਾ ਹੋਣਾ ਪਿਆਰ ਅਸੀਂ ਕੀ ਕਰਨਾ ਉਹਦੇ ਵਿੱਚ ਮੇਰੇ ਖਿਆਲ ਉਹ ਬਹੁਤ ਸਾਰੇ ਐਕਸ਼ਨ ਜਾਂ ਰਿਐਕਸ਼ਨ ਦੂਸਰੇ ਪਾਸਿਓਂ ਸ਼੍ਰਮਣੀ ਕਾਲ ਦਲ ਸੁਧਾਰ ਲਹਿਰ ਵਾਲੇ ਉਹ ਉਹਨਾਂ ਵੱਲੋਂ ਵੀ ਆਏ ਨੇ ਖੈਰ ਉਹ ਬੰਦੇ ਇਕੱਠੇ ਨਹੀਂ ਉਹਨਾਂ ਨੂੰ ਆਪਸ ਦੇ ਵਿੱਚ ਉਹ ਅੱਜ ਕੀ ਕਹਿੰਦੇ ਨੇ ਕੱਲ ਕੀ ਕਹਿੰਦੇ ਨੇ ਆਪ ਉਹਦੇ 'ਚ ਨਹੀਂ ਪੈਂਦੇ ਪਰ ਇਹਨਾਂ ਜ਼ਰੂਰ ਆ ਪੀ ਇਹ ਵੇਲਾ ਵਿਚਾਰਨ ਦਾ ਜੇ ਨਹੀਂ ਵਿਚਾਰਿਆ ਜਾਊਗਾ ਤਾਂ ਫੇਰ ਵੇਲਾ ਲੰਘ ਜਾਣਾ ਹੁਣ ਜਦੋਂ ਆਪਾਂ ਗੱਲ ਕਰਦੇ ਆ ਅਕਾਲੀ ਦਲ ਦੀ ਤੇ ਇੱਕ ਉਹ ਵੈਸੇ ਤਾਂ ਉਦਾਹਰਨ ਦਿੰਦੇ ਹੁੰਦੇ ਜਹਾਜ਼ ਦੀ ਹੈਨਾ ਜਹਾਜ਼ ਜਦੋਂ ਡੁੱਬਦਾ ਤੇ ਉਦੋਂ ਕੀ ਹੁੰਦਾ ਮੈਂ ਨਹੀਂ ਮੰਨਦਾ ਵੀ ਇਹ ਅਕਾਲੀ ਦਲ ਕੋਈ ਢੀ ਛੇਤੀ ਕੋਈ ਡਾ ਛੋਟਾ ਜਿਹਾ ਜਹਾਜ਼ ਆ ਪੀ ਆ ਹੀ ਡੁੱਬ ਜਾਣਾ ਹਾਂ ਬੰਦਿਆਂ ਨੂੰ ਆਪਰਚੂਨਿਟੀਜ਼ ਲੱਭਦੀਆਂ ਨੇ ਉਹਨਾਂ ਨੂੰ ਲੱਗਦਾ ਵੀ ਯਾਰ ਹੁਣ ਇੱਧਰ ਨਹੀਂ ਇੱਧਰ ਮੌਕਾ ਉਸ ਹਾਵ ਨਾਲ ਪੋਲਿਟੀਕਲ ਬੰਦੇ ਨੇ ਆਪਣੇ ਵਾਅਦਾ ਘਟਾ ਸੂਚ ਲੈਂਦੇ ਕਈ ਜਰਾਂ ਚਲੇ ਜਾਂਦੇ ਪਾਰਟੀਆਂ ਜੋਂ ਫਿਰ ਮੁੜ ਕੇ ਮਾਂ ਪਾਰਟੀ 'ਚ ਵਾਪਸ ਆ ਜਾਂਦੇ ਸੋਨ ਸਿੰਘ ਢੰਡਲ ਹੋਰਾਂ ਦੀ ਚਰਚਾ ਸੀ ਕੀਤੀ ਤੇ ਮੇਰਾ ਖਿਆਲ ਮੈਨੂੰ ਚੇਤੇ ਆ ਜਿੱਦਣ ਭਾਜਪਾ ਨੇ ਨਾਮ ਅਨਾਉਂਸ ਕੀਤੇ ਸੀ ਤੇ ਉਹਨਾਂ ਨੇ ਚੱਬੇਵਾਲ ਛੱਡ ਲਿਆ ਸੀ ਤੇ ਤੁਸੀਂ ਇੱਥੇ ਜ਼ਿਕਰ ਕਰਦੇ ਸੀ ਵੀ ਆਕਾਲੀ ਦਲ ਦੇ ਕਿਹੜੇ ਕਿਹੜੇ ਕੈਂਡੀਡੇਟ ਹੋ ਸਕਦੇ ਤੁਸੀਂ ਕੈਂਡੀਡੇਟ ਸੋਨ ਸਿੰਘ ਢੰਡਲ ਹੋਰਾਂ ਨੂੰ ਚੱਬੇਵਾਲ ਤੋਂ ਬਣਾਇਆ ਸੀ ਆਕਾਲੀ ਦਲ ਦਾ ਕੈਂਡੀਡੇਟ ਵਿੱਚ ਅਬਿਆਲ ਸਾਬ ਤੋਂ ਜਬਿਆਲ ਤੋਂ ਬਣ ਗਏ ਠੰਡਲ ਸਾਹਿਬ ਪਰ ਬਣ ਮੁੜ ਕੇ ਬੀਜੇਪੀ ਦੇ ਗਏ ਸੰਧਾਲੀਆ ਸਾਬ ਐਸ ਵੇਲੇ ਭਾਰਤੀ ਜਨਤਾ ਪਾਰਟੀ ਨੇ ਚਾਰੇ ਸੀਟਾਂ ਤੋਂ ਨਾਮ ਅਨਾਉਂਸ ਕਰਤੇ ਉਹਨਾਂ ਦੇ ਕੋਲੇ ਢਾਈ ਕੈਂਡੀਡੇਟ ਅਕਾਲੀ ਨੇ ਪੁਰਾਣੇ ਤੇ ਡੇਢ ਕਾਂਗਰਸੀ ਆ ਪੁਰਾਣਾ ਯਾਨੀ ਚਾਰੇ ਬੀਜੇਪੀ ਦਾ ਕੋਈ ਬੰਦਾ ਨਹੀਂ ਹੈ ਪੁਰਾਣਾ ਜੇ ਕੋਈ ਭਾਰਤੀ ਜਨਤਾ ਪਾਰਟੀ ਦਾ ਟਕਸਾਲੀ ਭਾਜਪਾਈ ਕਲੇਮ ਕਰੇ ਕਿ ਸਾਡੀ ਪਾਰਟੀ ਨੇ ਆ ਕਰ ਦੇਣਾ ਹੁਣ ਆਪਾਂ ਪਹਿਲਾਂ ਵੀ ਜ਼ਿਕਰ ਕਰਕੇ اٹਿਆ ਰਵੀਕਰਨ ਸਿੰਘ ਕਾਹੋਂ ਅਕਾਲੀ ਦਲ ਚੋਂ ਆਏ ਭਾਜਪਾ ਦੇ ਉਮੀਦਵਾਰ ਨੰਬਰ 1 ਹੋ ਗਿਆ। ਉਹਦੇ ਤੋਂ ਬਾਅਦ ਸੋਨ ਸਿੰਘ ਠੰਡਲ ਨੂੰ ਟਿਕਟ ਦਿੱਤੀ ਅਕਾਲੀ ਦਲ ਚੋਂ ਆਏ 2 ਹੋ ਗਏ। ਮਨਪ੍ਰੀਤ ਸਿੰਘ ਬਾਦਲ ਹੁਣ ਆਪਾਂ ਦੋ ਅੱਧਾ ਲੈਣੇ ਆ ਤੁਸੀਂ ਕਿਹਾ ਸੀ ਕਿ ਦੋਨੋਂ ਪਾਸਿਓਂ ਆਇਆ ਅੱਧੇ ਕਾਂਗਰਸੀ ਅੱਧੇ ਅਕਾਲੀ ਢਾਈ ਹੋ ਗਏ। ਹਮਮ। ਯਾਨੀ ਅੱਧਾ ਕਾਂਗਰਸੀ ਮਨਪ੍ਰੀਤ ਸਿੰਘ ਬਾਦਲ ਤੇ ਇੱਕ ਪੂਰੇ ਕਾਂਗਰਸੀ ਜਿਹੜੇ ਆ ਬਰਨਾਲੇ ਵਾਲੇ ਕੇਬਲਸ ਨੂੰ ਢਿੱਲੋ ਉਹ ਵੀ ਭਾਜਪਾ ਚੋਂ ਉਹਦੋਂ ਆ ਡੇਢ ਤੇ ਢਾਈ ਦੀ ਮੈਂ ਕਿਹਾ ਮੈਂ ਰੇਸ਼ਿਓ ਪੂਰੀ ਕਰਦਿਆਂ ਵੀ ਮ ਹੁਣ ਸੋਨ ਸਿੰਘ ਠੰਡਲ ਅਕਾਲੀ ਦਲ ਦੇ ਲਈ ਕਿੱਡਾ ਛਟਕਾ ਕੋਈ ਬੰਦਾ ਆਖੂਗਾ ਇਹ ਛਟਕਾ ਨਹੀਂ ਨਹੀਂ ਹੋਊਗਾ ਛਟਕਾ ਕੋਈ ਉਹਨਾਂ ਨੂੰ ਵੱਡੇ ਲੀਡਰ ਮੰਨਦਾ ਕਿ ਛੋਟੇ ਕਈ ਵਾਰ ਦੇ ਐਮਐਲਏ ਨੇ ਕੈਬਨਿਟ ਮੰਤਰੀ ਤੱਕ ਰਿਹਾ ਜੇਲ੍ਹਾਂ ਵਾਲਾ ਵਿਭਾਗ ਵੀ ਉਹਨਾਂ ਦੇ ਕੋਲੇ ਹੁੰਦਾ ਸੀ ਅਕਾਲੀ ਭਾਜਪਾ ਸਰਕਾਰ 'ਚ ਵੱਡੇ ਲੀਡਰ ਹੀ ਹੋਣੇ ਆ ਕਿ 4 ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਹਿਸ਼ਾਰਪੁਰ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਸੀ 9 ਵਿਧਾਨ ਸਭਾ ਹਲਕੇ ਹੁੰਦੇ 1 ਲੋਕ ਸਭਾ ਹਲਕੇ 'ਚ ਜਿਓ ਛੋਟੇ ਲੀਡਰ ਹੁੰਦੇ ਤਾਂ ਲੋਕ ਸਭਾ ਦੀ ਟਿਕਟ ਕਿੱਥੇ ਲੈ ਜਾਂਦੇ ਫਿਰ ਚੱਬੇਵਾਲ ਤੋਂ ਅ ਹੁਣ ਜਦੋਂ ਦਾਵੇਦਾਰ ਪੂਰੇ ਅਚਾਨਕ ਇੱਕ ਸੁਨੇਹਾ ਆਉਂਦਾ ਕਿ ਇਸ ਰੈਸਟੋਰੈਂਟ ਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੀ ਹੈ ਜਿਹਦੇ ਵਿੱਚ ਇੱਕ ਵੱਡਾ ਲੀਡਰ ਜਿਹੜਾ ਉਹ ਬੀਜੇਪੀ ਦੇ ਵਿੱਚ ਸ਼ਮੂਲੀਅਤ ਕਰੇਗਾ ਵਿਜੇਰ ਪਾਣੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਉਹ ਉੱਥੇ ਪਹੁੰਚ ਰਹੇ ਆ ਆ ਗਏ ਤੇ ਜੋ ਦੇਖਿਆ ਗੱਡੀ ਦੇ ਵਿੱਚੋਂ ਸੋਨ ਸਿੰਘ ਠੰਡਲ ਵੀ ਨਿਕਲੇ ਠੰਡਲ ਸਾਹਿਬ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਏ ਅਕਾਲੀ ਦਲ ਦੀਆਂ ਉਹਨਾਂ ਨੇ ਥੋੜੀਆਂ ਬੁਧਖੋਈਆਂ ਕੀਤੀਆਂ 15 ਮਿੰਟਾਂ ਜਗਲੇ ਨੇ ਟਿਕਟ ਅਨਾਉਂਸ ਕਰਤੀ ਤੁਸੀਂ ਇੱਕ ਹੋਰ ਦੇਖੋ ਇੱਥੇ ਸਿਨੈਰੀ ਅਕਾਲੀ ਦਲ ਚੋਣ ਦੇ ਰਿਸ਼ਤੇ ਵਿੱਚੋਂ ਗੈਰ ਹਾਜ਼ਰ ਹੈ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਚਾਰ ਉਮੀਦਵਾਰ ਨੇ ਚਾਰੇ ਸਿੱਖ ਚਿਹਰੇ ਨੇ ਹੂੰ ਚਾਹੇ ਕਿਸੇ ਪਾਰਟੀ ਚੋਂ ਲਿਆ ਮੈਂ ਨਹੀਂ ਕਹਿਣਾ ਕਿ ਇਹਦੇ ਨਾਲ ਕੋਈ ਅਸਰ ਪੈਂਦਾ ਕਿ ਨਹੀਂ ਪੈਂਦਾ ਉਹਨਾਂ ਨੇ ਚਾਰੇ ਹੀ ਦਸਤਾਰ ਸਜਾਉਣ ਵਾਲੇ ਬੰਦੇ ਨੂੰ ਟਿਕਟਾਂ ਦਿੱਤੀਆਂ ਹੂੰ ਜਿੱਧਰੋਂ ਮਰਜ਼ੀ ਲਿਆ ਕੇ ਦਿੱਤੀਆਂ ਜਾਂ ਜਿਸ ਤਰੀਕੇ ਵੀ ਦਿੱਤੀਆਂ ਯਾਨੀ ਇੱਥੇ ਹੀ ਰਣਨੀਤੀ ਦਾ ਇੱਥੇ ਹੀ ਤੁਹਾਡੀ ਸ਼ੈਲੀ ਦਾ ਇੱਥੇ ਹੀ ਤੁਹਾਡੇ ਕੰਮ ਢੰਗ ਦਾ ਫਰਕ ਪਤਾ ਲੱਗ ਜਾਂਦਾ ਦੇਖੋ ਮੇਰਾ ਖਿਆਲ ਬڑے ਚਿਰ ਤੋਂ ਹੁਣ ਤੇ ਮਹਾ 2 ਸਾਲ ਹੀ ਹੋ ਗਏ ਦੋ ਸਾਲਾਂ ਤੋਂ ਹੀ ਜ਼ਿਆਦਾ ਹੋ ਗਿਆ 2022 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਦੇ ਬੀਜੇਪੀ ਦੇ بڑے ਲੀਡਰ ਕਹਿੰਦੇ ਆ ਖਾਸ ਕਰਕੇ ਤੁਸੀਂ ਦੇਖੋ ਕਿਸਾਨ ਅੰਦੋਲਨ ਵੇਲੇ ਜਦੋਂ ਚਰਚਾ ਚੱਲਦੀ ਸੀ ਨਾ ਐ ਹੋ ਗਿਆ ਜਿਉਂ ਹੋ ਗਿਆ ਬੀਜੇਪੀ ਨੂੰ ਤਾਂ ਸਰਦਲ ਨਹੀਂ ਲੰਘਣ ਦੇਣੀ ਪੰਜਾਬ ਵਾਲਿਆਂ ਨੇ ਉਦੋਂ بڑے ਬੰਦੇ ਸੀ ਜਿਹੜੇ ਅੱਜ ਦੀ ਡੇਟ 'ਚ ਬੀਜੇਪੀ 'ਚ ਨਹੀਂ ਜਿਹੜੇ ਉਦੋਂ ਬੀਜੇਪੀ 'ਚ ਨਹੀਂ ਸੀ ਬੀਜੇਪੀ ਬਾਰੇ ਕਈ ਗੱਲਾਂ ਕਰਦੇ ਸੀ ਪਰ ਜਿਹੜੇ ਪੁਰਾਣੇ ਬੀਜੇਪੀ ਦੇ ਬੰਦੇ ਸੀ ਉਹ ਕਹਿੰਦੇ ਤੁਸੀਂ ਦੇਖਿਓ ਤੇ ਸਹੀ ਬੀਜੇਪੀ ਨੇ ਸਰਕਾਰ ਬਣਾਉਣੀ ਹੈ ਪੰਜਾਬ 'ਚ ਉਦੋਂ ਹਰ ਬੰਦਾ ਇਹ ਅੰਦਾਜ਼ਾ ਲਾ ਲੈਂਦਾ ਹੁੰਦਾ ਸੀ ਵੀ ਯਾਰ ਵੀ ਕੁਛਕ ਨਾ ਪੈਟ ਡਾਇਲੌਗ ਹੁੰਦੇ ਲੀਡਰਾਂ ਦੇ ਉਹ ਮਾਰਨੇ ਹੁੰਦੀ ਉਹਨਾਂ ਨੇ ਜਿੱਦਾਂ ਵੀ ਮੰਨ ਲਓ ਜੇ ਵਿਧਾਨ ਸਭਾ ਚੋਣਾਂ ਆ ਗਿਆ ਤੇ ਜਿਹੜੀ ਮਰਜ਼ੀ ਪਾਰਟੀ ਨੂੰ ਪੁੱਛ ਲੋ ਉਹਨੇ ਆਖਣਾ ਇੱਕ 100 ਸੀਟਾਂ ਜਿੱਤਾਂਗੇ ਲੋਕ ਵੀ ਸੁਣ ਲੈਂਦੇ ਵੀ ਹਾਂ ਯਾਰ ਸਾਰੀ 100-100 ਜਿੱਤ ਜਿਓ ਉਹ ਜਾਣੇ ਪੰਜਾਬ ਚ 400 ਸੀਟਾਂ ਕਰ ਲਓ ਪਰ ਜਿਹੜੀ ਗੱਲ ਉਦੋਂ ਉਹ ਕਹਿੰਦੇ ਸੀ ਵੀ ਤੁਸੀਂ ਦੇਖਿਓ ਸਰਕਾਰ ਬਣਾਉਣੀ ਆ ਭਾਵੇਂ ਉਹਨਾਂ ਨੂੰ ਵੋਟਾਂ ਥੋੜੀਆਂ ਪਈਆਂ ਭਾਵੇਂ ਬਹੁਤੀਆਂ ਪਈਆਂ ਬੰਦੇ ਇਧਰੋਂ ਲਿਆਂਦੇ ਭਾਵੇਂ ਉਧਰੋਂ ਲਿਆਂਦੇ ਜੋ ਮਰਜ਼ੀ ਕੀਤਾ ਅੱਜ ਦੀ ਡੇਟ ਤੇ ਕੰਪੈਰੀਜ਼ਨ ਦੇਖੋ ਵੀ ਕਦੀ ਆਪਾਂ ਗੱਲ ਕਰਦੇ ਸੀ ਪੰਜਾਬ 'ਚ 10 ਸਾਲ ਅਕਾਲੀ ਭਾਈਪਾਸ ਸਰਕਾਰ ਸੀ ਉਦੋਂ ਦੋਹਾਂ ਪਾਰਟੀਆਂ ਦਾ ਸਟੇਟਸ ਦੇਖੀਏ ਤੇ ਇੱਕ ਵੱਡਾ ਭਰਾ ਤੇ ਇੱਕ ਨਿੱਕਾ ਭਰਾ ਹੂੰ ਬੀਜੇਪੀ ਦੇ بڑے ਲੀਡਰ ਉਦੋਂ ਰੋਣ ਆ ਕੇ ਹੋ ਗਏ ਕਹਿੰਦੇ ਹੁੰਦੇ ਸੀ ਵੀ ਯਾਰ ਸਾਨੂੰ ਕੋਈ ਪੁੱਛਦਾ ਹੀ ਨਹੀਂ ਵੀ ਮਤਲਬ ਉਹਦਾ ਵੀ ਸਾਨੂੰ ਦਿੱਤਾ ਪਰ ਉੱਥੇ ਕੁਰਸੀਆਂ ਦੇ ਅਕਾਲੀ ਬੈਠੇ ਹੁੰਦੇ ਆ ਸਾਡਾ ਕੋਈ ਟੈਲੀਫੋਨ ਵੀ ਨਹੀਂ ਸੁਣਦਾ ਅੱਜ ਦੀ ਡੇਟ 'ਚ ਆਪਾਂ ਉਹ ਗੱਲ ਕਰ ਰਹੇ ਆਂ ਵੀ ਪੰਜਾਬ 'ਚ ਜ਼ਿੰਮੀ ਚੋਣਾ ਅਕਾਲੀ ਦਲ ਚੋਂ ਬੰਦੇ ਭਾਵੇਂ ਚਲੇਗੇ ਭਾਵੇਂ ਕਾਂਗਰਸ ਚੋਂ ਚਲੇਗੇ ਭਾਵੇਂ ਭਾਜਪਾ ਜਿੰਨੀ ਚੋਣਾਂ ਲੜ ਰਹੀ ਹੈ ਅਕਾਲੀ ਦਲ ਲੜਾਰ ਦੇ ਸੰਧਾਲੀਆ ਸਭ ਮੈਂ ਹੁਣ ਇੱਥੇ ਇੱਕ ਅੰਦਾਜ਼ਾ ਲਾਉਂਦਾ ਸੀ ਮੰਨ ਲਓ ਕਿ ਅਕਾਲੀ ਦਲ ਹੁਣ ਗਿੱੱਦੜ ਬਾਏ ਤੇ ਡੇਰਾ ਬਾਬਾ ਨਾਨਕ ਫੁੱਲ ਵੋਟ ਬੈਂਕ ਅਕਾਲੀ ਦਲ ਦਾ ਅਕਾਲੀ ਦਲ ਕੋਈ ਬਦਲਵਾ ਪ੍ਰੋਗਰਾਮ ਤਾਂ ਨਹੀਂ ਦੇ ਸਕਿਆ ਕਿ ਆਪਾਂ ਵੋਟਾਂ ਪਾਉਣ ਹੀ ਨਹੀਂ ਜਾਣਾ ਜਾਂ ਆਪਾਂ ਨੋਟਾਂ ਨੂੰ ਵੋਟਾਂ ਪਾਉਣੀਆਂ ਜਾਂ ਆਪਾਂ ਮੰਡੀਆਂ 'ਚ ਬਹਿਣਾ ਕੋਈ ਬਦਲਵਾ ਪ੍ਰੋਗਰਾਮ ਨਹੀਂ VOTER ਨੇ ਵੋਟ ਪਾਉਣੀ ਆ ਉਹਨੂੰ ਪਿੰਡ ਦੇ ਬੰਦਿਆਂ ਨੇ ਕਹਿਣ ਆਉਣਾ ਆਪ ਵਾਲਿਆਂ ਨੇ ਵੀ ਕਾਂਗਰਸ ਵਾਲਿਆਂ ਨੇ ਵੀ ਤੇ ਬੀਜੇਪੀ ਵਾਲਿਆਂ ਨੇ ਵੀ ਕਿ ਭਾਜੀ ਤੁਹਾਡਾ ਬੰਦਾ ਤਾਂ ਨਹੀਂ ਖੜਾ ਐਦਕੀ ਸਾਨੂੰ ਪਾ ਦਿਓ ਹਮ ਐਦਕੀ ਵੀਰ ਬਣ ਕੇ ਸਾਡੇ ਨਾਲ ਤੁਰੋ ਨਹੀਂ ਚੰਗੇ ਲੱਗੋਗੇ ਗਲੇਰੀ ਨਾ ਪਾਇਓ ਉਹ ਜਿਹੜਾ ਵੋਟ ਬੈਂਕਾਂ ਉਹਨੇ ਕਿਸੇ ਪਾਸੇ ਭੋਗਤਣਾ ਸਾਡੇ ਬੰਦੇ ਬਹੁਤ ਜ਼ਿਆਦਾ ਸਿਆਸੀ ਨੇ ਪੰਜਾਬੀ ਆਮ ਲੋਕ ਜਿਹੜੇ ਆ ਇਦਾਂ ਨਹੀਂ ਕਿਉਂਕਿ ਅਸੀਂ ਤਾਂ ਵੋਟ 5 ਮਿੰਟਾਂ ਚ ਪਾ ਕੇ ਮੁੜ ਕੇ 5 ਘੰਟੇ ਉੱਥੇ ਕੰਦੇ ਤੇ ਬੈਠੀਦਾ ਕਿ ਭਾਈ ਦੇਖਦੇ ਆ ਸ਼ਾਮ ਨੂੰ ਕੀ ਹੁੰਦਾ ਕੌਣ ਵੋਟ ਪਾ ਗਿਆ ਜਣੀ ਜਿਹੜਾ ਬੰਦਾ ਪੂਰੀ ਪੰਜਾਬੀ ਨਹੀਂ ਬੜ ਸਕਦਾ ਕਿੰਨੀਆਂ ਪੈ ਗਈਆਂ ਪਾ ਆਇਆ ਦਿਖਾ ਲਤਾ ਕਿਹੜੀ ਕਿਹੜੀ ਰਹਿ ਗਈ ਮੈਂ ਵੀ ਦੇਖਾਂ ਛਾ ਉਹ ਨਹੀਂ ਉਹਨੇ ਤਕੜਾ ਨੂੰ ਆਉਣਾ 3 ਵਜੇ ਉਹਦੀ ਡਿਊਟੀ 10 ਵਜੇ ਮੁੱਕਦੀ ਐ ਸਾਨੂੰ ਸਾਰੇ ਪਿੰਡ ਦਾ ਪਤਾ ਹੁੰਦਾ ਹੁਣ ਸੰਧਾ ਵਾਲਿਆ ਸਭ ਸਭ ਤੋਂ ਵੱਡਾ ਸਵਾਲ ਕਿ ਸ਼੍ਰੋਮਣੀ ਅਕਾਲੀ ਦਲ ਚੰਦੂ ਮਾਇਰਾ ਸਾਹਿਬ ਨੇ ਕਿਹਾ ਸੀ ਕਿ ਭਾਜਪੀ ਨੂੰ ਫਾਇਦਾ ਦੇਣ ਲਈ ਅਕਾਲੀ ਦਲ ਨੇ ਬਾਈਕਾਟ ਕੀਤਾ ਬਿਆਨ ਆਇਆ ਉਹਨਾਂ ਦਾ ਸਵਾਰਲੇ ਵਾਲੇ ਨੇ ਕਿਹੜੇ ਹਲਕੇ ਚ ਕਿਹਨੂੰ ਫਾਇਦਾ ਹੋ ਸਕਦਾ ਨੰਬਰ 1 ਗਿੱਦੜਵਾਹ ਕੀ ਮਨਪ੍ਰੀਤ ਸਿੰਘ ਬਾਦਲ ਜਿੱਦਾਂ ਰਾਜਾ ਵੜਿੰਗ ਨੇ ਦੋਸ਼ ਲਾਇਆ ਉਹਨਾਂ ਨੂੰ ਅਕਾਲੀ ਦਲ ਦੀਆਂ ਵੋਟਾਂ ਪੈ ਜਾਣਗੀਆਂ ਯਾਨੀ ਅਕਾਲੀ ਦਲ ਦਾ ਵੋਟ ਬੈਂ ਇੱਕ ਪਾਸੇ ਮਨਪ੍ਰੀਤ ਨੂੰ ਬਾਦਲ ਨੇ ਧੂਣਾ ਦੂਜੇ ਪਾਸੇ ਡਿੰਪੀ ਢਿਲ ਨੂੰ ਧਾਬ ਨੇ ਧੂਣਾ ਕਿਉਂਕਿ ਤੁਸੀਂ ਇੱਕ ਅੰਦਾਜ਼ਾ ਲਾਉਣਾ ਕਿ ਜਿਹੜਾ ਬੰਦਾ ਪਿਛਲੇ 10 ਸਾਲ ਤੋਂ ਇਕੱਲੇ-ਇਕੱਲੇ ਵੋਟਰ ਦੇ ਨਾਲ ਸੰਪਰਕ ਚਾ ਡਿੰਪੀ ਢਿਲੋਂ ਆਮ ਆਦਮੀ ਪਾਰਟੀ ਚਲੇ ਗਿਆ ਜੇ ਆਕਾਲੀ ਦਲ ਦਾ ਤਕੜੀ ਚੋਣ ਸ਼ਾਂ ਦਾ ਉਮੀਦਵਾਰ ਖੜਾ ਹੁੰਦਾ ਬਹੁਤ ਔਖਾ ਸੀ ਡਿੰਪੀ ਢਿਲੋਂ ਲਈ ਹੁਣ ਉਹ ਕਹੂਗਾ ਭਾ ਬੰਦਾ ਖੜਾ ਕੋਈ ਹੈ ਹੀ ਨਹੀਂ ਨਾ ਖੜਾ ਕੋਈ ਆਜੋ ਇਧਰਲੇ ਪਾਸੇ ਐਤ ਕੀ ਵੋਟ ਮੈਨੂੰ ਪਾਓ ਮਾਰੇ ਲੱਗਣਗੇ ਮੈਂ ਤੁਹਾਡੇ ਨਾਲ ਹੀ ਮੁੜੇ ਹਮ ਐਦਾਂ ਹੀ ਕਹਿਣਾ ਹੁੰਦਾ ਹਮ ਮਨਪ੍ਰੀਤ ਸਿੰਘ ਬਾਦਲਹੂਰਾਂ ਦੇ ਲਈ ਤਾਂ ਦੁਬਾਰਾ ਕਨੈਕਸ਼ਨ ਜੋੜਨਾ ਥੋੜਾ ਜਿਹਾ ਔਖਾ ਹੋਊਗਾ ਅਕਾਲੀ ਦਲ ਕਿਵੇਂ ਕਹਿ ਦਊਗਾ ਕਿ ਭਾਈ ਭਾਰਤੀ ਜਨਤਾ ਪਾਰਟੀ ਦੇ ਬੰਦੇ ਨੂੰ ਵੋਟ ਪਾ ਦਿਓ ਯਾਨੀ ਕਿੰਨੇ ਕੁ ਬੰਦੇ ਹੋਣਗੇ ਪਿੰਡ 'ਚ ਇੱਕ ਪਰਿਵਾਰ ਖਾਸ ਹੋਊਗਾ ਦੋ ਪਰਿਵਾਰ ਖਾਸ ਹੋਣਗੇ ਚਾਰ ਪਰਿਵਾਰ ਖਾਸ ਹੋਣਗੇ 40 ਪਰਿਵਾਰ ਤਾਂ ਨਹੀਂ ਖਾਸ ਹੁੰਦੇ ਹੁਣ ਤਾਂ ਟੈਲੀਫੋਨ ਵੀ ਕਿਸੇ ਨੂੰ ਕੱਲੋ ਅਗਲਾ ਝੱਟ ਰਿਕਾਰਡ ਕਰ ਲੇਦਾ ਫੁਲਾਨੇ ਬੰਦੇ ਨੇ ਮੈਨੂੰ ਕਿਹਾ ਇਹਨੂੰ ਵੋਟਾਂ ਪਾਓ ਇਸ ਕਰਕੇ ਗਿੱਦੜ ਵਾਹੇ ਦਾ ਚੋਣ ਨਤੀਜਾ ਇਸ ਗੱਲ ਦੇ ਉੱਤੇ ਸੰਧਾਲਿਆ ਸਭ ਨਿਰਪਰ ਕਰਨ ਲੱਗ ਪਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਗੈਰ ਹਾਜ਼ਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਭੁਗਤੂਗਾ ਕਿੱਧਰ ਹਾਲਾਂਕਿ ਵੜਿੰਗ ਸਾਹਿਬ ਨੂੰ ਅੰਦਾਜ਼ਾ ਲੱਗ ਗਿਆ ਸੀ ਉਹਨਾਂ ਨੇ ਵੱਡੇ ਪਿੰਡਾਂ ਦੇ ਅਕਾਲੀ ਸਰਪੰਚ ਪਹਿਲਾਂ ਹੀ ਤੋੜਨੇ ਸ਼ੁਰੂ ਕਰਤੇ ਇਹ ਕੋਈ ਇਹ ਸਿਆਸਤ ਆ ਪਰ ਹੋ ਸਕਦਾ ਵੀ ਅੱਜ ਦੀ ਡੇਟ ਦੇ ਵਿੱਚ ਕਿਸੇ ਨੂੰ ਇਹ ਲੱਗਦਾ ਜਦੋਂ ਤੁਸੀਂ ਕਹਾਂ ਨਾ ਕਿ ਵੀ ਆ ਵੋਟ ਇੱਧਰ ਨਹੀਂ ਉੱਧਰ ਪੈ ਜਾਈ ਉੱਧਰ ਨਹੀਂ ਉੱਧਰ ਪੈ ਜਾਈ ਪਰ ਮੈਂ ਇਹਨੂੰ ਜੇ ਆਪਾਂ ਵੱਡੇ ਸਮੀਕਰਨ ਤੋਂ ਦੇਖਣਾ ਹੋਵੇ ਨਾ ਤੇ ਮੈਨੂੰ ਲੱਗਦਾ ਵੀ ਇੱਕ ਤਰ੍ਹਾਂ ਦਾ ਵੱਡਾ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਨਾ ਵੀ ਮਾਈਆਂ ਬਾਪੂ ਬੰਦੇ ਆਪਾਂ ਨੂੰ ਮਿਲ ਜਾਣਗੇ ਜਿਹੜੇ ਕਹਿਣਗੇ ਪੁੱਤ ساری ਉਮਰ ਵੋਟ ਵਾਹ ਪੰਥ ਨੂੰ ਪਾਈ ਹੁਣ ਜੇ ਉਹਨਾਂ ਨੂੰ ਮੰਨ ਲਓ ਐਤ ਕੀ ਭਾਵੇਂ ਕੋਈ ਤੱਦੀ ਦੇ ਕੇ ਭਾਵੇਂ ਕੋਈ ਤਰਲ ਮੈਂ ਤਰਲਾ ਕਰਕੇ ਕਿਸੇ ਤਰ੍ਹਾਂ ਮਰਜੀ ਹੋਰ ਪਾਸੇ ਵੋਟ ਪਵਾ ਲਈ ਉਹਨੂੰ ਘੱਟੋ ਘਾਟੇ ਇਹ ਤੇ ਲੱਗੂਗਾ ਵੀ ਯਾਰ ਮੈਂ ਆਪਣੀ ਰੀਤ ਤੋੜ ਲਈ ਜੀ ساری ਉਮਰ ਨਹੀਂ ਪਾਈ ਐਤ ਕੀ ਮੈਂ ਫਲਾਣਿਆਂ ਨੂੰ ਪਾ ਦੀ ਤੇ ਜੇ ਅਗਲੇ ਨੇ ਮੰਨ ਲਓ ਜਿੱਤ ਹਾਸਲ ਕਰ ਲਈ ਅਗਲਾ ਅਗਲੀ ਵਾਰਾਂ ਫੇਰ ਕਹਿਣ ਪਾਈ ਹੀ ਨਾ ਵੋਟ ਖਲੋਤਾ ਨਾਲ ਤੁਹਾਡੇ ਉਧਰੋਂ ਤੁਸੀਂ ਕੀ ਲਿਆ ਆਓ ਤੁਸੀਂ ਮੈਨੂੰ ਵਾਜ ਕਰਾਓ ਵੀ ਹੋਰ ਦੱਸੋ ਕੀ ਕਰਨਾ ਮੈਂ ਨਹੀਂ ਆਂਦਾ ਜਿਸ 100% ਦੀ ਲਕਸ਼ਣਾ ਦੇ ਵਿੱਚੋਂ ਵੋਟਾਂ ਦੇ ਵਿੱਚੋਂ ਇੰਨੇ ਇੱਕ ਬੰਦੇ ਐਸੇ ਖੱਬੇ ਹੁੰਦੇ ਆ ਤੇ ਮੈਂ ਸਿਰਫ ਇਹ ਸੋਚਦਾ ਵੀ ਜੇ ਮੰਨ ਲਓ 15 20% ਵੀ ਮੰਨ ਲਓ ਪੱਕੇ ਨਿਕਲ ਜਾਣ ਮੋੜ ਨਹੀਂ ਨਾ ਮੁੜ ਕੇ ਉਧਰ ਨੂੰ ਤੇ ਫਿਰ ਉਹਨਾਂ ਦਾ ਕੀ ਕਰੋਗੇ ਤੁਸੀਂ ਦੇਖੋ ਸੰਧਾਲੀਆ ਸਾਹਿਬ ਸ਼ਰੋਮਣੀਆਂ ਅਕਾਲੀ ਦਲ ਦੀ ਰੋ ਆਪਣਾ ਵੋਟ ਬੈਂਕ ਵਾਪਸ ਲਿਆਉਣਾ ਔਖਾ ਹੋ ਜਾਊਗਾ ਇਹੀ ਹਾਲਾਤ ਜਿਹੜੇ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਬਣਨੇ ਆ ਉੱਥੇ ਵੀ ਅਕਾਲੀ ਦਲ ਦਾ ਸੋਲਿਡ ਵੋਟ ਬੈਂਕ ਹੈ ਵੋਟਾਂ ਕਿਧਰਲੇ ਪਾਸੇ ਰਵੀਕਰਨ ਸਿੰਘ ਕਾਲੋ ਲੈ ਜਾਣਗੇ ਆਮ ਆਦਮੀ ਪਾਰਟੀ ਲੈ ਜਾਣਗੇ ਜਾਂ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਪੁਰਾਣੇ ਬੰਦੇ ਨੇ ਉਹ ਲੈ ਜਾਣਗੇ ਪਰ ਉਹ ਇੱਕ ਵਾਰੀ ਜਿੱਧਰਲੇ ਪਾਸੇ ਚਲੇ ਗਿਆ 2.5 ਸਾਲ ਬਾਅਦ ਦੁਬਾਰਾ ਚੋਣਾਂ ਨੇ ਲੀਡਰਾਂ ਨੇ 2.5 ਸਾਲ ਉਹਨਾਂ ਦੇ ਘਰੋਂ ਚਾਹ ਵੀ ਨਹੀਂ ਛੱਡਨੀ ਹਫ਼ਤੇ ਚੱਕ ਗੜਾ ਲਾਇਆ ਹੀ ਰੱਖੋ ਉਹਨਾਂ ਲਿਸਟਾਂ ਬਣਾਉਣੀਆਂ ਕਿ ਆਹ ਬੰਦੇ ਅਕਾਲੀ ਦਲ ਦੇ ਬਾਈਕਾਟ ਕਰਕੇ ਸਾਡੇ ਨਾਲ ਜੁੜੇ ਸੀ ਆਪਾਂ ਹੋਰ ਭਾਵੇਂ ਜਿਹਨੂੰ ਮਰਜ਼ੀ ਛੱਡਦੀ ਇਹ ਨਹੀਂ ਛੱਡ ਹੁਣ ਜਦੋਂ ਅਗਲਿਆਂ ਨੇ ਅਗਲਿਆਂ ਦੇ ਘਰ ਲੰਘਾ ਰੱਖਣਾ ਆਉਣ ਜਾਂਦੇ ਜਾਂਦੇ ਬੂਹਾ ਖੜਕਾਉਣਾ ਸਰਦਾਰ ਜੀ ਸਾਸਿਕਾਲ ਕਰਕੇ ਜਾਣਾ ਤੇ ਸੰਧਾਲੀ ਸਭ ਆਪਣੇ ਆਪ ਹੀ ਕੰਮ ਹੋ ਜਾਣਾ ਸੋ ਅਕਾਲੀ ਦਲ ਨੇ ਫੈਸਲਾ ਤਾਂ ਲੈ ਲਿਆ ਪਰ ਇਹਦਾ ਨੁਕਸਾਨ ਜਿਹੜਾ ਉਹ ਬਹੁਤ ਲੰਬੇ ਸਮੇਂ ਲਈ ਹੋ ਸਕਦਾ ਆ ਦੇਖੋ ਇਹ ਹੋ ਜਾਦਾ ਵੀ ਆਪਾਂ ਜਿੰਨੀ ਅੱਜ ਗੱਲਬਾਤ ਕਰ ਲਈਏ ਤੋਂ ਬਾਅਦ ਆਪੋ ਆਪਣੀ ਹਰੇਕ ਬੰਦੇ ਦੀ ਸੋਚ ਹੋ ਸਕਦੀ ਕਿਸੇ ਨੂੰ ਲੱਗਦਾ ਹੋਵੇ ਵੀ ਨਹੀਂ ਯਾਰ ਇਹ ਇੱਕ ਸਮੇਂ ਸਮੇਂ ਦੀ ਗੱਲ ਆ ਵੀ ਆ ਵੋਟਾਂ ਲੰਘ ਜਾਣੀਆਂ ਮੁੜ ਕੇ ਤੇ ਫਿਰ ਸਾਰਾ ਕੁਝ ਉੱਥੇ ਹੀ ਆ ਸਰਗਰਮੀ ਉੱਥੇ ਹੀ ਆ ਉਗਲੂ ਦਰਮਿਆ ਵਿਚ ਜਿਹਦਰ ਸਾਹਿਬ ਨੇ ਤਾਂ ਇਸ਼ਾਰਾ ਹੀ ਦੇ ਦਿੱਤਾ ਸੀ ਨਾ ਕਿ ਬੰਦੀ ਛੋੜ ਦੇ ਵਿੱਚ ਜਾਂ ਦੀਵਾਲੀ ਤੋਂ ਬਾਅਦ ਉਹ ਫੈਸਲਾ ਆ ਜਾਊਗਾ ਕਿ ਕੀ ਫੈਸਲਾ ਕਰਨਾ ਹੋ ਸਕਦਾ ਨਵੰਬਰ ਮਹੀਨੇ ਚ ਫੈਸਲਾ ਆ ਜਵੇ ਤੇ ਨਵੰਬਰ ਮਹੀਨੇ ਦੇ ਫੈਸਲੇ ਤੋਂ ਬਾਅਦ ਦਸੰਬਰ ਦਸੰਬਰ ਜਾਂ ਕਹਾਂ ਲੋ ਕੋਈ ਜਨਵਰੀ ਦੀ ਆਪਾਂ ਗੱਲ ਕਰ ਲਈ ਵੀ 1 ਜਨਵਰੀ 2025 ਤੋਂ ਮੁਰਤੂ ਅਗਲੇ ਰਵਾਈਵ ਕਰ ਜਾਣ ਕਿਉਂਕਿ ਜੇ ਪੰਜਾਬ ਵਿਧਾਨ ਸਭਾ ਦੇ ਚੋਣਾਂ ਦੀ ਗੱਲ ਕਰੀ ਉਹ ਤੇ 2027 ਚ ਨੇ ਸੰਧਾਲੀਆ ਸਾਹਿਬ ਇੱਕ ਵਾਰੀ ਫੇਰ ਦੁਬਾਰਾ ਐਲਾਨ ਹੋਇਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਆਪ ਵੀਡੀਓ ਸ਼ੇਅਰ ਕਰਦੇ ਆ ਲਾਈਵ ਹੁੰਦੇ ਆ ਉਹ ਕਹਿੰਦੇ ਜੀ ਐਨਓਸੀ ਦੀ ਲੋੜ ਨਹੀਂ ਰਾਜਪਾਲ ਸਾਹਿਬ ਨੇ ਦਸਖਤ ਕਰ ਦਿੱਤੇ ਅਸੀਂ ਕਹਿੰਦੇ ਕੈਬਨਟ ਚ ਪਾਸ ਕੀਤਾ ਸੀ ਵਿਧਾਨ ਸਭਾ ਚ ਪਾਸ ਹੋਇਆ ਰਾਜਪਾਲ ਸਾਹਿਬ ਕੋ ਫਾਈਲ ਸੀ ਰਾਜਪਾਲ ਸਾਹਿਬ ਦਾ ਧੰਨਵਾਦ ਵੀ ਉਹਨਾਂ ਨੇ ਕੀਤਾ ਹੁਣ ਕਹਿੰਦੇ ਜੀ ਐਨਓਸੀ ਦੀ ਲੋੜ ਨਹੀਂ ਹੈ ਜ਼ਿਕਰ ਇਸ਼ਾਰਾ ਭਗਵੰਤ ਸਿੰਘ ਸਾਹਿਬ ਨੇ ਖੁਰਕਰਤਾ ਕਹਿੰਦੇ ਸਾਨੂੰ ਵਿੱਚ ਵਿੱਚ ਪਤਾ ਲੱਗਦਾ ਸੀ ਕਿ ਲੋਕਾਂ ਨੂੰ ਵਿੱਤੀ ਤੌਰ ਦੇ ਉੱਤੇ ਡੰਗ ਵੀ ਮਾਰਿਆ ਗਿਆ ਐਨਓਸੀ ਦੇ ਨਾਂ ਤੇ ਰੁਪਈਏ ਥੇਲੇ ਵੀ ਇਧਰ ਉਧਰ ਕਰਕੇ ਰਜਿਸਟਰੀਆਂ ਨਹੀਂ ਸੀ ਹੁੰਦੀਆਂ ਜ਼ਿਕਰੇ ਵੀ ਕੀਤਾ ਕਿ ਸਾਰੀ ਉਮਰ ਦੀ ਕਮਾਈ ਲੱਗੀ ਹੁੰਦੀ ਹੈ ਲੋਕਾਂ ਦੀ ਜਦੋਂ ਇੱਕ ਪਲਾਟ ਲੈਂਦਾ ਬੰਦਾ ਘਰ ਬਣਾਉਂਦਾ ਤੇ ਮੁੜਕਿਓ ਦੀਆਂ ਰਜਿਸਟਰੀਆਂ ਨਾ ਹੁਣ ਬਿਆਨੇ ਫਸੇ ਪਏ ਸੀ ਹੁਣ ਕਹਿੰਦੇ ਨਹੀਂ ਅੱਜ ਤੋਂ ਬਾਅਦ ਨਹੀਂ ਨਵੀਂ ਕਹਿੰਦੇ ਗੈਰਕਾਨੂੰਨੀ ਕਲੋਨੀ ਕੋ ਬਣਾਇਓ ਨਾ ਨਵਾਂ ਕੋ ਪਲਾਟ ਇਦਾਂ ਦੀ ਥਾਂ ਲਿਓ ਨਾ ਪਰ ਜਿਹੜੀਆਂ ਪੁਰਾਣੀਆਂ ਨੇ ਬਿਨਾਂ ਇਹਨਾਂ ਉਸੀ ਰਜਿਸਟਰੀਆਂ ਹੋਣਗੀਆਂ ਸੰਧਾਲੀਆ ਸਾਹਿਬ ਇੱਥੇ ਚਲੋ ਮੁੱਖ ਮੰਤਰੀ ਸਾਹਿਬ ਤੁਹਾਡਾ ਧੰਨਵਾਦ ਤੁਸੀਂ 2-3 ਵਰ ਪਹਿਲਾਂ ਵੀ ਅਨਾਉਂਸ ਕੀਤਾ ਠੀਕ ਹੈ ਪ੍ਰਕਿਰਿਆ ਹੁੰਦੀ ਹੈ ਕਾਨੂੰਨੀ ਤੌਰ ਦੇ ਉੱਤੇ ਅੱਜ ਵੀ ਜੇ ਮੁਕੰਮਲ ਹੋ ਗਈ ਹੋਈ ਤਾਂ ਵਧੀਆ ਪਰ ਸਿੱਧੀਆਂ ਅਫਸਰਾਂ ਨੂੰ ਮਾਲ ਮਹਿਕਮੇ ਨੂੰ ਹਦਾਇਤਾਂ ਜ਼ਰੂਰੀ ਨੇ ਮਾਲ ਮਹਿਕਮੇ ਹੁੰਦਾ ਨਾ ਹੂੰ ਹੂੰ ਉਹ ਹਦਾਇਤਾਂ ਜ਼ਰੂਰੀ ਨੇ ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰਾਂ ਨੂੰ ਪਟਵਾਰੀ ਸਹਿਬਾਨਾਂ ਨੂੰ ਜਿਹੜੇ ਅਰਜ਼ੀ ਨਵੀਸ ਨੇ ਵਸੀਕਾ ਨਵੀਸ ਨੇ ਜਿੰਨੇ ਵੀ ਨਵੀਸ ਨੇ ਕਿ ਭਾਈ ਜੇ ਕੋਈ ਤੁਹਾਡੇ ਕੋਲੇ ਬੰਦਾ ਆਉਂਦਾ ਤੂੰ ਇਹ ਨਹੀਂ ਕਹਿਣਾ ਅੱਛਾ ਖਬਰ ਤਾਂ ਦੇਖੀ ਸੀ ਚਿੱਠੀ ਨਹੀਂ ਕੋਈ ਸਾਨੂੰ ਨਹੀਂ ਪਤਾ ਵੀਡੀਓ ਤਾਂ ਦੇਖੀ ਸੀ ਪਰ ਸਾਨੂੰ ਨਹੀਂ ਪਤਾ ਬੜੀ ਵਰੀ ਹੁੰਦਾ ਆ ਜਾ ਫੈਸਲਾ ਹੋ ਗਿਆ ਹੁਣ ਪਰ ਸਾਡੇ ਕੋਲ ਨਹੀਂ ਅਜੇ ਤੱਕ ਆਇਆ ਜੇ ਤੱਕ ਸਾਡੇ ਕੋਲ ਨਹੀਂ ਆਉਂਦਾ ਅਸੀਂ ਨਹੀਂ ਰੀਸਟਰੀ ਕਰ ਸਕਦੇ ਨੰਬਰ 2 ਦੇ ਉੱਤੇ ਉਹਨਾਂ ਨੇ ਵੀ ਕਹਿਤਾ ਕਿ ਕਲੋਨੀਆਂ ਨਹੀਂ ਰੈਗੂਲਰ ਹੋਣਗੀਆਂ ਪਲਾਟ ਰੈਗੂਲਰ ਹੋਏ ਆ ਕਿ ਜਿਨ੍ਹਾਂ ਨੇ ਕਲੋਨੀਆਂ ਗਲਤ ਤਰੀਕੇ ਕੱਟੀਆਂ ਉਹਨਾਂ ਨੂੰ ਮੋٹے ਜੁਰਮਾਨੇ ਪਾਉਣੇ ਆ ਬਾਕੀ ਕੰਮ ਕਰਨੇ ਕਲੋਨੀ ਜਿੱਦਾ ਹੈਗੀ ਉਦਾਂ ਹੀ ਆ ਪਰ ਅਸੀਂ ਪੰਜਾਬ ਦੇ ਜਿਹੜੇ ਵਿਅਕਤੀਗਤ ਲੋਕ ਨੇ ਜਿਨ੍ਹਾਂ ਨੇ ਆਪਣੇ ਪੈਸੇ ਖਰਚ ਕੇ ਕਿਸੇ ਚਾਂਸੇ ਚ ਆ ਕੇ ਉੱਥੇ ਪਲਾਟ ਲੈ ਲਿਆ ਪਹਿਲਾਂ ਉਹਦੀ ਪੈਰਵਾਈ ਪੂਰੀ ਕੀਤੀ ਨਹੀਂ ਉਹਨਾਂ ਦੀ ਕਹਿੰਦੇ ਰਜਿਸਟਰੀ ਹੋ ਜੂ ਸੰਧਾਲੀਆਂ ਸਭ ਚੰਗੀ ਗੱਲ ਵੀ ਆ ਲੋਕ ਫਸਿਓ ਸੀ ਸ਼ਾਇਦ ਰੀਅਲ ਏਸਟੇਟ ਦੇ ਵਿੱਚ ਕੰਮ ਕਰ ਅਗਲੇ ਪਾਸੇ ਨੂੰ ਤੁਰੂਗਾ ਜਿਹੜੀਆਂ ਰਜਿਸਟਰੀਆਂ ਰਜਿਸਟਰੀਆਂ ਹੋਣਗੀਆਂ ਪਰ ਮੋਟਾ-ਮੋਟਾ ਲਿਖ ਕੇ ਲਾਉਣਾ ਚਾਹੀਦਾ ਤਹਿਸੀਲਾਂ 'ਚ ਜਿੱਥੇ ਰਜਿਸਟਰੀ ਹੁੰਦੀ ਹੈ ਜਿੱਥੇ ਬੰਦਾ ਰਜਿਸਟਰੀ ਕਰਾਉਣ ਤੋਂ ਪਹਿਲਾਂ ਪੈਸੇ ਜਮ੍ਹਾਂ ਕਰਾਉਂਦਾ ਇੰਨਾ ਕੁ ਖੁੱਡੇ ਵਰਗਾ ਹੁੰਦਾ ਉਹ ਉੱਥੇ ਮੋਟਾ-ਮੋਟਾ ਲਿਖ ਕੇ ਲਾਓ ਕਿ ਭਾਈ ਜੇ ਤੁਹਾਡਾ ਪਲਾਟ ਤੁਸੀਂ ਹੁਣ ਖਰੀਦਣ ਲੱਗੇ ਹੋ ਤਾਂ ਆ ਆ ਚੀਜ਼ਾਂ ਦੀ ਜਾਂਚ ਕਰ ਲਓ ਪਿਛਲਾ ਤਾਂ ਨਵੇੜਤਾ ਤੁਸੀਂ ਕਰੋ ਕਿਉਂਕਿ ਜੇ ਤੁਸੀਂ ਅਜੇ ਵੀ ਲਿਖ ਕੇ ਨਾ ਲਾਇਆ ਤਾਂ ਲੋਕ ਭੋੜੇ ਹੁੰਦੇ ਆ ਨਹੀਂ ਪਤਾ ਲੱਗਦਾ ਮੈਨੂੰ ਵੈਸੇ ਉਹ ਤੁਹਾਡੀ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਉਹਦਾ ਜਿਆਦਾ ਸ਼ੱਕ ਆ ਕਿਉਂਕਿ ਉਹਨੂੰ ਤੇ ਮੇਰੇ ਖਲਵਾਵਾ ਚੇਰੀ ਹੋ ਗਏ ਕੰਮ ਚੱਲਦੇ ਨੂੰ ਕਿਉਂਕਿ ਜਦੋਂ ਕਿ ਇਹਨਾਂ ਕਿਤੇ ਗੱਲ ਕਰੋ ਜਾਂ ਇਵਰ ਜਾ ਆਪ ਅਗਲਾ ਟੈਲੀਫੋਨ ਕਰ ਗਿਆਂਦਾ ਪਾਜੀ ਉਹ ਗਏ ਸੀਗੇ ਜੀ ਅਹੀਂ ਤੇ ਉਹ ਕੁੜੀ ਨੂੰ ਵੀ ਬਾਹਰੋਂ ਸੱਦਿਆ ਸੀ ਉਹਦਾ ਵੀ ਨਾਂ ਸੀਗਾ ਵਿੱਚ ਤੇ ਉਹ ਫਿਰ ਜਦੋਂ ਅਸੀਂ ਉੱਥੇ ਪਹੁੰਚੇ ਉਦੋਂ ਅਗਲੇ ਆਖਿਆ ਵੀ ਹਾਂ ਤੁਸੀਂ ਕਿਦਰ ਹੋ ਗਏ ਜੀ ਰਜਿਸਟਰੀ ਕਰਾਉਣੀ ਉਹ ਕਹਿੰਦੇ ਐਨਓਸੀ ਉਹ ਕਹਿੰਦੇ ਐਨਓਸੀ ਦੇ ਨਾਲੇ ਬੰਦ ਕਰਤੀ ਐ ਉਹ ਕਹਿੰਦੇ ਵੀ ਕੀਤੀ ਹੋਊਗੀ ਕੀ ਪਤਾ ਕਿੱਥੇ ਹੋਈ ਸਾਡੇ ਤੱਕ ਤੇ ਆਇਆ ਕੁਛ ਨਹੀਂ ਉਹ ਜਿਹੜਾ ਸਾਡੇ ਤੱਕ ਕੁਝ ਆਇਆ ਨਹੀਂ ਗਾ ਮੈਨੂੰ ਲੱਗਦਾ ਵੀ ਜੇ ਤੇ ਉੱਥੇ ਬਕਾਇਦਾ ਇੱਕ ਇੱਕ ਤੇ ਹੁੰਦਾ ਨਾ ਵੀ ਚਿੱਠੀ ਆਈ ਨਹੀਂ ਆਈ ਹੁਣ ਪਤਾ ਨਹੀਂ ਵੀ ਆਈ ਨਹੀਂ ਹੈ ਅਗਲਾ ਮੰਨੇ ਨਾ ਮੰਨੇ ਇੱਕ ਹਦਾਇਤ ਨਾਲ ਇਹ ਵੀ ਹੋਵੇ ਕਿ ਵੀ ਯਾਰ ਜੇ ਆ ਚਿੱਠੀ ਆਈ ਹੈ ਤੇ ਤੁਸੀਂ ਇੱਕ ਨੋਟ ਲਿਖ ਕੇ ਨੋਟਿਸ ਬੋਰਡ ਤੇ ਹੁੰਦਾ ਹੀ ਦਫ਼ਤਰਾਂ ਦੇ ਵਿੱਚ ਉੱਥੇ ਲਿਖ ਕੇ ਲਾ ਦਿਓ ਵੀ ਐਨਓਸੀ ਜਿਹੜੀ ਹੈ ਜੀ ਹੁਣ ਇਸ ਚੀਜ਼ ਦੀ ਇੰਨਾ ਇੰਨਾ ਜ਼ਾਇਦਾਦਾਂ ਦੇ ਲਈ ਜਾਂ ਇੰਨਾ ਪਲਾਟਾਂ ਦੇ ਲਈ ਰੋਡ ਨਹੀਂ ਹੈ ਇਹ ਵੀ ਹੋ ਸਕਦਾ ਵੀ ਜੇ ਆਪਾਂ ਸ਼ਹਿਰ ਦੇ ਹਿਸਾਬ ਨਾਲ ਜਾਂ ਕਹੇ ਲੋ ਕਿ ਵੀ ਕਿਸੇ ਏਰੀਏ ਦੇ ਹਿਸਾਬ ਨਾਲ ਗੱਲ ਕਰ ਲਈਏ ਉਹਦੇ ਚ ਕਿਉਂਕਿ ਜੇ ਅਫਸਰ ਨਹੀਂ ਤਾਂ ਅਫਸਰ ਕੋਲੇ ਵੀ ਏਰੀਆ ਹੁੰਦਾ ਨਾ ਵੀ ਐਸ ਏਰੀਏ ਦੇ ਫਲਾਨੇ ਅਫਸਰ ਸਾਹਿਬ ਨੇ ਟੇਕ ਕੇਅਰ ਕਰਨੀ ਆ। ਉਸ ਏਰੀਏ ਦੇ ਵਿੱਚ ਕਿਹੜੀ ਕਿਹੜੀ ਥਾਂ ਆ ਜਿੱਥੇ ਜਿੱਥੇ ਪਲਾਟ ਜਿਹੜੇ ਨੇ ਉਹਨਾਂ ਦੀ ਰਜਿਸਟਰੀ ਬਿਨਾ ਐਨਓਸੀ ਤੋਂ ਹੋ ਸਕਦੀ। ਉਸ ਏਰੀਏ ਦਾ ਨਾਮ ਵੀ ਤੁਸੀਂ ਦਰਜ ਕਰ ਦੋ ਹੋ ਸਕਦਾ ਵੀ 15 ਨਹੀਂ ਤੇ 20 20 ਨਹੀਂ ਤੇ 25 ਥਾਵਾਂ ਹੋਣਗੀਆਂ ਵੀ ਨਾ ਇੰਨਾ ਏਰੀਏ ਦੇ ਵਿੱਚ ਕੰਮ ਹੋ ਸਕਦਾ। ਉਹਦੇ ਨਾਲ ਡਬਲ ਸ਼ਿਉਰਟੀ ਹੋ ਗਈ ਬੰਦੇ ਨੂੰ। ਹੋਮ ਦੇ ਪਿੱਛੋਂ ਜਾਣਾ ਸਰਕਾਰ ਦਾ ਅਗਲੇ ਨੇ ਲਿਖ ਕੇ ਲਾ ਲਿਆ ਉੱਥੇ ਅਗਲੇ ਨੇ ਮਾਰਕ ਕਰ ਲਿਆ ਵੀ ਹਾਂ ਵੀ ਲਾਨਾ ਜਿਹੜਾ ਨਗਰ ਹੈ ਜੀ ਉਸ ਨਗਰ ਦੇ ਵਿੱਚ ਆਪਣਾ ਜਿਹੜਾ ਪਲਾਟ ਹੈ ਉਹਦੀ ਐਨਓਸੀ ਤੋਂ ਬਿਨਾਂ ਰਜਿਸਟਰੀ ਹੋ ਸਕਦੀ ਹੈ ਆਪਾਂ ਕਰਾ ਲਾਂਗੇ ਜੇ ਤੇ ਇਦਾਂ ਕਰ ਦਵੇ ਸਰਕਾਰ ਤੇ ਫਿਰ ਹੋ ਸਕਦਾ ਇਹ ਜਿਹੜਾ ਫੈਸਲਾ ਲਿਆ ਗਿਆ ਇਹਦਾ ਸੱਚੀ ਮੁੱੱਚੀ ਲੋਕਾਂ ਨੂੰ ਫਾਇਦਾ ਹੋ ਜੇ ਤੇ ਜੇ ਵੱਲੋਂ ਵੀ ਉਹ ਵਿਚਲੀ ਘੁੰਡੀ ਰਹਿ ਗਈ ਹੂੰ ਵੀ ਸੰਤ ਚਿੱਠੀ ਨਹੀਂ ਆਈ ਜੀ ਉੱਛੇ ਸੰਤ ਦੱਸਿਆ ਨਹੀਂ ਅਖਬਾਰ ਕਿਹੜੀ ਚ ਪੜਿਆ ਸੀ ਜਾਂ ਉਹ ਆਪਣੀ ਗੱਲ ਸੁਣ ਗਿਆ ਉਹ ਟੈਲੀਵਿਜ਼ਨ ਦੇ ਬੋਲਦੇ ਨੇ ਉਹ ਫੇ ਬਾਠ ਨੂੰ ਪੁੱਛ ਲੋ ਫੋਨ ਕਰਕੇ ਵੀ ਉਹ ਕੀ ਕਰਨਾ ਹੈ ਨਜ਼ੀਰਾ ਉਹਨਾਂ ਨਾਲ ਗੱਲ ਕਰਾ ਦਿਓ ਆਸਾਨ ਉਹਦੇ ਪਤਾ ਨਹੀਂ ਵੀ ਕਿਹੜੀ ਐ ਨਜ਼ੀਰ ਜੀ ਅੱ비 ਇਹਨਾਂ ਖ਼ਬਰ ਉਹ ਤੁਹਾਡੇ ਹੀ ਆਉਂਦੀ ਹਣੀ ਕੱਲੀ ਸਾਡੇ ਤਾਂ ਆਈ ਨਹੀਂ ਉਹ ਜੇ ਤੇ ਮੰਨ ਲਓ ਇਹੋ ਜਿਹਾ ਕੁਝ ਰਿਹਾ ਤੇ ਫਿਰ ਕੋਈ ਫਾਇਦਾ ਨਹੀਂ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਰ ਜੇ ਅਪਲਾਈ ਕਰ ਜਵੇ ਸਰਕਾਰ ਜ਼ਮੀਨੀ ਪੱਧਰ ਦੇ ਉੱਤੇ ਹਾਂ ਜੁਰਮਾਨਾ ਲਾਉਣੋਂ ਨਾ ਛੱਡੇ ਉਹਨਾਂ ਨੂੰ ਕਿਉਂਕਿ ਜੇ ਤੁਸੀਂ ਹੁਣ ਨਾ ਨਾ ਉਹਨਾਂ ਦੇ ਗੱਲ ਚ ਗੂਠਾ ਦਿੱਤਾ ਜਿਨ੍ਹਾਂ ਨੇ ਗਲਤ ਕਲੋਨੀਆਂ ਕੱਟੀਆਂ ਸੀ ਫਿਰ ਪਿਪ ਵੇਖ ਜਵੀਂ ਇਦਾਂ ਦੇ ਜਮਣੇ ਪਰ ਇਹ ਕਾਜਵੀ ਇਦਾਂ ਦੇ ਬੰਦਿਆਂ ਨੇ ਫੇਰ ਦੁਬਾਰਾ ਇਦਾਂ ਦੇ ਕੰਮ ਕਰਨੇ ਆ ਚਲੋ ਮੁੱਖ ਮੰਤਰੀ ਸਾਹਿਬ ਨੇ ਆਪਦੀ ਵੀਡੀਓ ਦੇ ਵਿੱਚ ਇਹ ਗੱਲ ਆਖੀ ਹੈ ਚੰਗਾ ਹੋਇਆ ਦੂਸਰੇ ਪਾਸੇ ਸੰਧਾਲੀਆ ਸਾਹਿਬ ਸੁਖਰਾਜ ਸਿੰਘ ਨਿਆਮੀ ਵਾਲੇ ਹੋਰਾਂ ਦੀ ਗੱਲ ਆਪਰ ਰਹਿ ਗਈ ਸੀ ਉਹਨਾਂ ਨੂੰ ਅਕਾਲੀ ਦਲ ਅਮਰitsar ਨੇ ਆਪਣਾ ਉਮੀਦਵਾਰ ਬਣਾਤਾ ਗਿੱਦੜਵਾਹੇ ਤੋਂ ਹੁਣ ਮੈ ਐ ਵੈਸੇ ਹੀ ਮੇਰੇ ਮਨ 'ਚ ਆਈ ਕਿ ਜਿਹੜੀ ਪੰਥਕ ਵੋਟ ਬੈਂਕ ਹੈ ਜਿਹੜੀ ਇਹ ਉਸ ਸੋਚ ਦੇ ਨਾਲ ਸੰਬੰਧ ਰੱਖਦੀ ਹੈ ਅਕਾਲੀ ਦਲ ਦਾ ਉਮੀਦਵਾਰ ਨਹੀਂ ਹੈ ਜੇ ਦੀਪ ਸਿੱਧੂ ਹੋਰਾਂ ਦੇ ਭਰਾ ਮਨਦੀਪ ਸਿੰਘ ਸਿੱਧੂ ਹੋਰਾਂ ਨੇ ਵੀ ਕਾਗਜ਼ ਨਾ ਭਰੇ ਜੇ ਕੋ ਹੋਰ ਪੰਥਕ ਧਿਰ ਦਾ ਉਮੀਦਵਾਰ ਨਾ ਹੋਇਆ ਪ੍ਰਧਾਨ ਮੰਤਰੀ ਬਾਜੇ ਕੀ ਹੋਰੀ ਤਾਂ ਲੰਬੇ ਹੋ ਗਏ ਫਿਰ ਕੱਲੇ ਸੁਖਰਾਜ ਸਿੰਘ ਹੀ ਹੋਣਗੇ ਠੀਕ ਹੈ ਅਕਾਲੀ ਦਲ ਅਮਰਸਰ ਦੀਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣਾਂ ਦੀ ਪਾਰਟੀ ਦੀਆਂ ਵੋਟਾਂ ਉਹਨਾਂ ਨੂੰ ਪੈ ਜਾਣਗੀਆਂ ਪਰ ਕਿਉਂਕਿ ਉਹ ਲੰਬੇ ਸਮੇਂ ਤੋਂ ਸੰਘਰਸ਼ ਵਿੱਚ ਬਿਠੇ ਆ ਬੇਅਦਬੀ ਵਾਲੇ ਮਾਮਲੇ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਇੱਕ ਜੀ ਦੀ ਮੌਤ ਵੀ ਹੋ ਗਈ ਸੀ ਗੋਲੀ ਦੇ ਨਾਲ ਕੀ ਕੀਤੇ ਇਦਾਂ ਤਾਂ ਨਹੀਂ ਹੋ ਸਕਦਾ ਕਿ ਕੁਝ ਪੰਥਕ ਧਿਰਾਂ ਦੀਆਂ ਜਿਹੜੀਆਂ ਵੋਟਾਂ ਨੇ ਉਹ ਥੱਬਿਆਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਪੈ ਜਾਣ ਕੋ ਜਿਹੜੀ ਸੋਚ ਦੇ ਬੰਦੇ ਹੈਗੇ ਨੇ ਉਹ ਜੇ ਮੰਨ ਲੋ ਇਹ ਸੋਚਦੇ ਆ ਵੀ ਯਾਰ ਆਪਾਂ ਕਾਂਗਰਸ ਨੂੰ ਤੇ ਵੋਟ ਪਾਉਣੀ ਨਹੀਂ ਹੂੰ ਉਹਾਂ ਦੇ ਵੀ ਬੀਜੇਪੀ ਨੂੰ ਨਹੀਂ ਪਾਉਣੀ ਮੰਨ ਲੋ ਵੀ ਉਹਨਾਂ ਨੂੰ ਆਪ ਦੀ ਪਰਫਾਰਮੈਂਸ ਵੀ ਨਹੀਂ ਚੰਗੀ ਲੱਗਦੀ ਵੀ ਯਾਰ ਨਹੀਂ ਕੋਈ ਗੱਲ ਬਣੀ ਜਾਂ ਉਹ ਕਹਿਣ ਵੀ ਅਸੀਂ ਸ਼ੁਰੂ ਤੋਂ ਹੀ ਯਾਰ ਪੰਥਕ ਸੋਚ ਵਾਲੇ ਬੰਦੇ ਤੇ ਉਹ ਪਹਿਲਾ ਆਪਸ਼ਨ ਸੀ ਵੀ ਇੱਕ ਧਿਰ ਨਹੀਂ ਦੂਜੀ ਦੂਜੀ ਨਹੀਂ ਤੀਜੀ ਹੁਣ ਜੇ ਦੂਜੀ ਤੀਜੀ ਧਿਰ ਹੋਊਗੀ ਨਹੀਂ ਕੋਈ ਤੇਰੀ ਇੱਕ ਹੋਊਗੀ ਦੀ ਫਿਰ ਉਹ ਕਿੱਧਰ ਜਾਣਗੇ ਕੋਈ ਇੱਕ ਤਰੀਕਾ ਤੇ ਇਹੀ ਆ ਵੀ ਜਾਂ ਤੇ ਉਹਨਾਂ ਨੂੰ ਵੋਟ ਪਾ ਦੇਣਗੇ ਜਾਂ ਫੇਰ ਘਰੇ ਬਹਿ ਰਹਿਣਗੇ ਤੇ ਘਰੇ ਵੀ ਜਿੱਦਾਂ ਤੁਸੀਂ ਅੱਗੇ ਕਿਹਾ ਵੀ ਜਿਹੜੇ ਬੰਦੇ ਨੂੰ ਥੋੜਾ ਜਿਆਦਾ ਹੁੰਦਾ ਵੀ ਨਹੀਂ ਨਹੀਂ ਯਾਰ ਇਦਾਂ ਕਹਦਾ ਪਾਰਟੀ ਪਾਰਟੀ ਹੁੰਦੀ ਹੈ ਹੈਨਾ ਉਹ ਫਿਰ ਪਾਰਟੀ ਪਾਰਟੀ ਹੁੰਦੀ ਵਾਲੇ ਬੰਦੇ ਜ਼ਰੂਰ ਉੱਥੇ ਪਹੁੰਚਣਗੇ ਪਰ ਇੱਕ ਮੈਂ ਬੇਨਤੀ ਕਰਾਂ ਇੱਥੇ ਵੀ ਇਹ ਸਾਰੇ ਕੁਝ ਨੂੰ ਨਾ ਹੋ ਸਕਦਾ ਕਿਸੇ ਬੰਦੇ ਨੂੰ ਇਸ ਚੀਜ਼ 'ਚ ਇਹ ਵੀ ਗੱਲ ਲੱਗਦੀ ਹੋਵੇ ਜਾਂ ਦੇਖ ਲਓ ਜੀ ਉਹ ਤਾਂ ਅਮਰਤਪਾਲ ਸਿੰਘ ਹੁਰਾਂ ਦਾ ਧੜਾ ਵੀ ਕਹਿੰਦਾ ਸੀ ਆਪਾਂ ਉੱਥੇ ਪਾਰਟੀ ਬਣਾ ਕੇ ਬੰਦੇ ਖੜੇ ਕਰਨੇ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਅਕਾਲੀ ਦਲ ਨੇ ਆਤਾ ਜੀ ਵੀ ਅਹੀਂ ਦਾ ਇਲੈਕਸ਼ਨ ਨਹੀਂ ਲੜਦੀਆਂ ਜੀ ਇਹ ਤਾਂ ਜੀ ਹੁਣ ਗਏ ਜੀ ਇਹ ਤਾਂ ਜੀ ਬੰਦੇ ਹੁਣ ਖਤਮ ਹੋ ਗਿਆ ਜੀ ਕੰਮ ਇਹ ਤਾਂ ਹੁਣ ਮਤਲਬ ਪਤਾ ਨਹੀਂ ਕਿਸੇ ਹੋਰ ਨੇ ਚੱਕ ਕੇ ਲੈਣਾ ਮੈਨੂੰ ਲੱਗਦਾ ਹੁੰਦਾ ਵੀ ਕਿਸੇ ਧਿਰ ਦੇ ਫੈਸਲੇ ਦੇ ਨਾਲ ਓਵਰਆਲ ਇੱਕ ਡਿਸੀਜਨ ਬਣਾ ਲੈਣਾ ਉਹ ਠੀਕ ਨਹੀਂ ਹਾਲਾਤਾਂ ਦੇ ਹਿਸਾਬ ਨਾਲ ਜੇ ਮੇਰੇ ਖਿਆਲੋਂ ਤਰਸੀਮ ਸਿੰਘ ਘਰਾਣੇ ਅਮਰਪਾਲ ਸਿੰਘ ਘਰਾਣੇ ਪੈਦਾ ਜੀ ਨੇ ਕਿਹਾ ਸੀ ਵੀ ਅਸੀਂ ਕੋਈ ਸੋਚਦੇ ਆ ਤਾਂ ਮਨ ਲਗਪਗ ਉਹਨਾਂ ਦਾ ਨਹੀਂ ਮਨ ਹੈਗਾ ਹੋ ਸਕਦਾ ਉਹਨਾਂ ਨੂੰ ਆਪਣੇ ਕਾਰਨ ਲੱਗੇ ਹੁਣ ਅਕਾਲੀ ਦਲ ਨੇ ਆਪਣੇ ਕਾਰਨ ਦੇਤੇ ਜੀ ਉਹ ਜਿਹੜੇ ਬੰਦੇ ਅੱਗੇ ਲੱਗੇ ਹੁੰਦੇ ਉਹਨਾਂ ਨੇ ਉਹਨਾਂ ਹਾਲਾਤਾਂ ਦੇ ਹਿਸਾਬ ਨਾਲ ਫੈਸਲਾ ਲੈਣਾ ਹੁੰਦਾ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਉਸ ਵਿਚਾਰਧਾਰਾ ਦੇ ਨਾਲ ਜੁੜੀ ਹੋਈ ਜਿਹੜੀ ਵੋਟ ਬੈਂਕ ਆ ਉਹ ਇਹ ਢੇਰੀ ਢਾਗ ਕੇ ਬਹਿ ਜੇ ਵੀ ਹਾਂ ਅਗੇ ਰਾਹ ਹੀ ਬੰਦ ਹੋ ਗਏ ਇਦਾਂ ਦਾ ਤਾਂ ਕੁਝ ਨਹੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਾਹਿਬ ਦੀ ਇੱਕ ਚਿੱਠੀ ਜਿਹੜੀ ਹੈ ਸੋਸ਼ਲ ਮੀਡੀਆ ਤੇ ਹੈ ਜਤੋਂ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੋਲਕ ਸਿੰਘ ਹੋਰਾਂ ਨਾਲ ਸਬੰਧਤ ਹੈ ਉਹਨਾਂ ਨੇ ਕਿਹਾ ਕਿ ਭਾਈ ਮੇਰੀ ਮਾਨ ਹਨ ਨਹੀਂ ਹੋਈ ਮੇਰੇ ਨਾਲ ਠੀਕ ਵਿਹਾਰ ਨਹੀਂ ਕੀਤਾ ਮੈਂ ਇੱਕ ਪ੍ਰਾਇਮਰੀ ਸਕੂਲ ਐਲੀਮੈਂਟਰੀ ਸਕੂਲ ਦੇ ਵਿੱਚ ਚੈਕਿੰਗ ਕਰਨ ਗਿਆ ਸੀ ਤੇ ਜੋ ਉਹਨਾਂ ਨੇ ਕਾਰਨ ਦੱਸਿਆ ਜੋ ਚਿੱਠੀ ਦੀ ਇਬਾਰਤ ਹੈ ਜੀ ਉਹ ਸਹੀ ਹੈ ਤਾਂ ਕਿ ਮੈਂ ਜਦੋਂ ਸਕੂਲ ਦੇ ਵਿੱਚ ਪਹੁੰਚਿਆ ਤਾਂ ਮੁੱਖ ਅਧਿਆਪਕ ਗੈਰ ਹਾਜ਼ਰ ਸੀ ਤਿੰਨ ਬੀਬੀਆਂ ਅਧਿਪਕਾਵਾਂ ਜਿਹੜੀਆਂ ਨੇ ਉਹ ਆਪੋ ਆਪਣੀਆਂ ਜਮਾਤਾਂ ਦੇ ਵਿੱਚ ਸੀ ਪਰ ਉਹ ਮੈਨੂੰ ਰੀਸੀਵ ਕਰਨ ਦੇ ਲਈ ਬਾਹਰ ਨਹੀਂ ਆਈਆਂ ਸੰਧਾਲੀਆ ਸਾਹਿਬ ਜੇ ਤਾਂ ਬੀਬੀਆਂ ਬੈਠ ਕੇ ਸਵਾਟਰ ਬਣਦੀਆਂ ਹੁੰਦੀਆਂ ਜੇ ਤਾਂ ਉਹ ਬੀਬੀਆਂ ਦਫ਼ਤਰ ਦੇ ਵਿੱਚ ਬੈਠ ਕੇ ਚਾਹ ਪੀਂਦੀਆਂ ਹੁੰਦੀਆਂ ਫਿਰ ਤਾਂ ਸਮਝ ਆਉਂਦੀ ਸੀ ਪਰ ਮੈਨੂੰ ਲੱਗਦਾ ਹੁੰਦਾ ਕਿ ਅਧਿਆਪਕ ਦਾ ਕੰਮ ਤਾਂ ਪੜਾਉਣਾ ਜੇ ਉਹਨੇ ਬੀਆ ਡੈਮਡ ਕੀਤੀ ਆ ਟੈਟ ਪਾਸ ਕੀਤਾ ਤਾਂ ਉਹ ਪੜਾਉਣ ਦੇ ਲਈ ਕੀਤਾ ਤਾਂ ਜੇ ਕੋਈ ਅਧਿਆਪਕ ਆਪਣੀ ਜਮਾਤ ਦੇ ਕਮਰੇ ਦੇ ਵਿੱਚ ਜਿਹੜਾ ਉਪੜਾ ਰਿਹਾ ਬਾਹਰ ਕੋਈ ਗੱਡੀ ਆ ਕੇ ਖਲੁੱਤੀ ਹੈ ਜਾਂ ਲੋਕ ਆ ਕੇ ਖਲੋਤੇ ਨੇ ਤੇ ਬਾਹਰ ਆ ਕੇ ਜੇ ਸਲੂਟ ਨਹੀਂ ਮਾਰਿਆ ਤਾਂ ਕੋ ਵੱਡਾ ਗੁਨਾਹ ਨਹੀਂ ਕਰ ਦਿੱਤਾ ਤੇ ਜੇ ਵੀਆਈਪੀ ਕਲਚਰ ਦਾ ਖਾਤਮਾ ਕਰਨ ਦਾ ਦਾਵਾ ਕਰਕੇ ਜਿਹੜਾ ਉਚੋਣਾ ਜਿੱਤਣ ਵਾਲੇ ਲੀਡਰ ਜਾਂ ਐਮਐਲਏ ਸਹਿਬਾਨ ਕਿ ਭਾਈ ਤੁਹਾਨੂੰ ਰੀਸੀਵ ਨਹੀਂ ਕੀਤਾ ਗਿਆ ਤੁਹਾਨੂੰ ਫੁੱਲਾਂ ਦਾ ਬੁਕੇ ਨਹੀਂ ਦਿੱਤਾ ਗਿਆ ਤੁਸੀਂ ਕਿਹੜਾ ਦੱਸ ਕੇ ਗਏ ਸੀ ਜੇ ਇਹਨੂੰ ਵੀ ਮਾਨਹਾਨੀ ਮੰਨਦੇ ਆ ਨਾ ਮੈਨੂੰ ਲੱਗਦਾ ਕਿ 13 ਦੇ ਵਿੱਚੋਂ 10 ਸੀਟਾਂ ਆਮ ਆਦਮੀ ਪਾਰਟੀ ਹਾਰੀ ਐ ਮੈਨੂੰ ਨਹੀਂ ਪਤਾ ਕਿ ਜੈਤੋਂ ਵਿਧਾਨ ਸਭਾ ਹਲਕੇ ਦੇ ਵਿੱਚੋਂ ਵੋਟਾਂ ਕਿੰਨੀਆਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਤੇ ਕਿੰਨੀਆਂ ਕਿਸੇ ਹੋਰ ਨੂੰ ਉਧਰਲੇ ਪਾਸੇ ਚਿੰਤਨ ਮੰਥਨ ਕਰਨਾ ਚਾਹੀਦਾ ਕਿ ਲੋਕਾਂ ਦੇ ਦਿਲੋਂ ਨਾਲ ਇਹ ਜਿਓ ਕਿਤੇ ਪਰ ਜੇ ਕਿਉਂਕਿ ਅਧਿਆਪਕ ਦਾ ਤਾਂ ਸਨਮਾਨ ਕਰਨਾ ਚਾਹੀਦਾ ਉਹਨਾਂ ਨੂੰ ਤਾਂ ਸਤਿਕਾਰ ਦੇਣਾ ਚਾਹੀਦਾ ਸੀ ਕਿ ਤੁਸੀਂ ਪੜ੍ਹਾ ਰਹੇ ਹੋ ਤੇ ਉਹ ਬਾਹਰ ਨਹੀਂ ਆਏ ਤੇ ਆ ਕੇ ਤੁਹਾਨੂੰ ਰੀਸੀਵ ਨਹੀਂ ਕੀਤਾ ਮਾਨਹਾਨੀ ਲੱਗ ਭਰ ਕੇ ਹੋਈ ਹੈ ਨਾ WhatsApp ਪਤਾ ਨਹੀਂ ਕਿਉਂ ਜਾਂ ਤਾਂ ਜਦੋਂ ਬੰਦਾ ਕਿਤੇ ਲੋਕਾਂ ਤੋਂ ਵੋਟਾਂ ਲੈ ਕੇ ਤੇ ਬਾਅਦ ਵਿੱਚ ਉੱਪਰ ਕਿਸੇ ਵੀ ਸੀਟ ਤੇ ਚਲੇ ਜਾਂਦਾ ਜਾਂ ਉਹ ਟੁੱਟ ਜਾਂਦਾ ਜਾਂ ਫਿਰ ਵਿਚਲੇ ਸਲਾਹਕਾਰ ਤੋੜ ਦਿੰਦੇ ਨੇ ਜਾਂ ਫਿਰ ਕੋਈ ਉਹ ਕੁਰਸੀ 'ਚ ਕੋਈ ਐਸੀ ਹਵਾ ਆ ਵੀ ਬੰਦਾ ਜਿਹੜਾ ਉੱਥੇ ਉਹਨੂੰ ਕੁਝ ਸਮਝ ਨਹੀਂ ਲੱਗਦੀ ਹੁਣ ਮੈਂ ਹੈਰਾਨ ਆ ਵੀ ਜੇ ਮੰਨ ਲਓ ਵੀ ਵੋਟਾਂ ਹੁੰਦੀਆਂ ਆਪਾਂ ਚਲੋ ਇਹ ਇਹ ਉਦਾਹਰਣ ਇਹਦੇ ਕੋਈ ਹੋਰ ਉਦਾਹਰਣ ਲੈਨੇ ਵੀ ਮੰਨ ਲਓ ਤੁਹਾਨੂੰ ਆਪਾਂ ਇਲੈਕਸ਼ਨ 'ਚ ਖੜਾ ਕਰਨਾ ਫਲਾਨਾ ਤੁਹਾਡਾ ਹਲਕਾ ਤੇ ਉਸ ਹਲਕੇ ਦੇ ਵਿੱਚ ਤੁਸੀਂ ਪਹਿਲੀ ਵਾਰ ਆ ਪਿੰਡ 'ਚ ਜਾਣਾ ਅੱਜ ਪਿੰਡ ਚ ਹੋ ਸਕਦਾ ਵੀ ਸੱਤ ਚੋਰਾ ਬਾਬੇ ਕੇ ਤਾਸ਼ ਖੇਡਦੇ ਹੋਣ ਤੇ ਉਹ ਐ ਜਿੱਥੇ ਕਿਤੇ ਸੀਪ ਦੀ ਬਾਜੀਆਂ ਫਸੀ ਹੋਵੇ ਤੇ ਉਧਰੋਂ ਤੁਹਾਨੂੰ ਵੇਖ ਲੈਣ ਤੇ ਬੜਾ ਵੱਡ ਸਾਰੇ ਪੱਤੇ ਸੁੱਟ ਕੇ ਤੇ ਠੱਬੀ ਜੁੱਤੀ ਪਾ ਕੇ ਦੇ ਰਿਸੀਵ ਕਰਨ ਆ ਜਾਣਗੇ ਨਹੀਂ ਨਾ ਕਰਨਗੇ ਆ ਵੀ ਬੰਦਾ ਉਥੇ ਜਾ ਕੇ ਜਫੀਆਂ ਪਾਉਂਦਾ ਹੋਰ ਫਲਾਣਾ ਹੋ ਜੀ ਹੋਰ ਜੀ ਪਾਉ ਜੀ ਕੀ ਹਾਲ ਨੇ ਅਗਲਿਆਂ ਦੀ ਇਹ ਬਾਜੀ ਫਸੀ ਹੋਈ ਤੇ ਆਖਣ 2 ਮਿੰਟ ਕਾਕਾ ਖਲੋਇਆ ਸਾਨੂੰ ਅਨ ਵੇਟ ਲੈਂਦੇ ਫੇਰ ਗੱਲ ਕਰਦੇ ਆਪਾਂ ਵੇਟ ਕਰਦੇ ਆ ਮਤਲਬ ਜੀ ਆਪਾਂ ਉੱਥੇ ਆਪਾਂ ਨੂੰ ਲੋੜਿਆ ਬੰਦਿਆਂ ਦਾ ਕਿਤੇ ਫਿਰਦੇ ਆਪਾਂ ਖਲੋਤਿਆਂ ਫਿਰ ਆਪਾਂ ਜਿਹੜੇ ਮਰਜੀ ਰੋਟੀ ਵੀ ਖਾ ਲੈਣੇ ਜਾ ਕੇ ਆਪਾਂ ਨਿਆਣੀ ਵੀ ਚੋਕੇ ਖੜਾ ਲੈਣੇ ਆ ਤੇ ਜਦੋਂ ਆਪਾਂ ਨੂੰ ਵੋਟਾਂ ਪੈ ਜਾਂਦੀਆਂ ਫਿਰ ਜੇ ਆਪਾਂ ਨੂੰ ਲੱਗਦਾ ਵੀ ਹਾਂ ਹੁਣ ਆਪਾਂ ਉਹ ਜਿਹੜਾ ਮਾਨ ਆ ਉਹਨੂੰ ਕਿਸੇ ਹੋਰ ਜਗ੍ਹਾ ਦੇ ਉੱਪਰ ਫਿੱਟ ਕਰ ਲੈਣਾ ਤਾਂ ਜੋ ਉਹਦੀ ਉਥੇ ਹਾਨੀ ਹੋ ਜਵੇ ਇਹ ਮੇਰਾ ਖਿਆਲ ਸੋਚ ਲੈਣਾ ਚਾਹੀਦਾ ਕਿਉਂਕਿ ਦੇਖੋ ਡਿਸੀਜਨ ਸਪੀਕਰ ਸਾਹਿਬ ਨੇ ਦੇਣਾ ਜੀ ਸ਼ਿਕਾਇਤ ਕਰਤਾ ਐਮਐਲ ਸਾਹਿਬ ਨੇ ਕਾਨੂੰਨ ਕੀ ਕਹਿੰਦਾ ਉਹਨਾਂ ਦੇ ਅਧਿਕਾਰ ਕੀ ਨੇ ਇਹ ਉਹ ਦੇਖ ਲੈਣ ਆਪਾਂ ਸਿਰਫ ਲੋਕਮਨਾਂ ਦੇ ਹਿਸਾਬ ਨਾਲ ਗੱਲ ਕਰ ਲੈ। ਬਿਲਕੁਲ ਠੀਕ ਹੈ ਸੰਧਾਲੀਆ ਸਭ ਤੇ ਹੁਣੀ ਵੀ ਇਦਾਂ ਹੀ ਚਾਹੀਦੀ ਹੈ ਕਿਉਂਕਿ ਲੋਕਮਨਾਂ ਦੇ ਹਿਸਾਬ ਨਾਲ ਵੋਟਾਂ ਮਿਲਦੀਆਂ। ਹਾਂ ਤੇ ਵੋਟਾਂ 2.5 ਸਾਲ ਬਾਅਦ ਰਹਿ। ਚੱਲੀਏ ਹੁਣ ਆਪਾਂ ਬਹੁਤ ਸ਼ੁਕਰੀਆ। ਲਓ ਜੀ ਪ੍ਰੋਗਰਾਮ ਦੀ ਸਮਾਪਤੀ ਹੈ ਫੀਡਬੈਕ ਤੁਸੀਂ ਆਪਣੀ ਪੇਜ ਰਹਿੰਦੇ ਹੋ ਹੁਣ ਦਿਓ ਇਜਾਜ਼ਤ ਦੇਖਦੇ ਰਹਿਣਾ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ।